ਨੂੰ ਪੰਥ ਨੇ ਇੱਕ ਕਿਤਾਬ ਦੇ ਕੇ ਨਵਾਜਿਆ ਸੀ ਸੁਲਤਾਨ ਉਲ ਕੌਮ, ਆਪਣੀ ਕੌਮ ਦਾ ਉੱਚਾ ਬਾਤ ਪਾਤਸ਼ਾਹ, ਪਾਤਸ਼ਾਹ ਕਹਿ ਕੇ ਸਨਮਾਨ ਦਿੱਤਾ ਕਿ ਨਵਾਬ ਸਾਹਿਬ ਦੇ ਬੋਲ ਕਦੀ ਜਿਨ੍ਹਾਂ ਨੂੰ ਨਵਾਬੀ ਇਸ ਪੰਥ ਨੇ ਦਿੱਤੀ, ਨਵਾਬੀ ਦੀ ਦਾਤ ਝੋਲੀ ਪਾ ਦਿੱਤੀ, ਅੱਜ ਉਸੇ ਸੇਵਾ ਨੇ ਤੁਹਾਨੂੰ ਇਸ ਬਾਦਸ਼ਾਹੀ ਦਾਅਵੇ ਤੱਕ ਲੈ ਆਂਦਾ। ਉਦਣ ਖਿਤਾਬ ਦਿੱਤਾ ਕੌਮ ਨੇ ਸੁਲਤਾਨ ਉਲ ਕੌਮ ਦਾ, ਫਿਰ ਕੀ ਸੀ? ਇਸ ਸੁਲਤਾਨ ਉਲ ਕੌਮ ਬਹਾਦਰ ਜਰਨੈਲ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ। ਫਿਰ ਸ਼ੁਕਰਾਨਾ ਕਰਦਾ, ਹੁਣ ਵੇਖੋ ਕਮਾਲ ਦੀ ਗੱਲ, 1710 ਵਿੱਚ ਸਰਹੰਦ ਜਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ, ਗੁਰੂ ਕਲਗੀਧਰ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਸਿੱਕਾ ਚਲਾਇਆ, ਦੱਸਿਆ ਉਹਨਾਂ ਨੂੰ ਜਿਹੜੇ ਕਹਿੰਦੇ ਸਨ ਮੁੱਕ ਗਿਆ ਇਹ ਕਾਰੋਂ, ਕਿੱਧਰ ਗਿਆ ਸੂਬਾ ਸਰਹੰਦ ਵਜ਼ੀਰ ਖਾਂ। ਅੱਜ ਜਦੋਂ ਲਾਹੌਰ ਜਿੱਤਦਾ ਪਿਆ ਸਰਦਾਰ ਜੱਸਾ ਸਿੰਘ, ਤੇ ਕੌਮ ਜਦੋਂ ਖਿਤਾਬ ਦੇ ਕੇ ਨਵਾਜਦੀ ਸੁਲਤਾਨ ਉਲ ਕੌਮ, ਕਹਿੰਦਾ ਖਾਲਸਾ ਜੀ, ਜੇ ਗੁਰੂ ਗੋਬਿੰਦ ਸਿੰਘ ਨੇ ਬਾਦਸ਼ਾਹੀ ਦੇ ਦਿੱਤੀ ਹੈ, ਫਿਰ ਉਸ ਬਾਪੂ ਦੇ ਨਾਮ ਦੀ ਮੋਹਰ ਚਲਾਈਏ ਹੁਣ ਸ਼ੁਕਰਾਨੇ ਵਜੋਂ। ਫਿਰ ਸ਼ੁਕਰਾਨਾ ਕਰਦਿਆਂ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਮ ਦਾ ਸਿੱਕਾ ਹੁਣ ਦੂਜੀ ਵਾਰ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਚਲਾਉਂਦੇ ਪਏ ਨੇ, ਇਹ ਸ਼ੁਕਰਾਨਾ ਕੀਤਾ ਉਹਨੇ। ਮੈਂ ਫਿਰ ਬੇਨਤੀ ਕਰਾਂਗਾ, ਜਿਹੜਾ ਅੰਦਰ ਗੁਰੂ ਕੀ ਬਾਣੀ ਦਾ ਰੰਗਿਆ ਸੀ, ਜਾਕੋ ਹਰ ਰੰਗ ਲਾਗੂ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਇੱਥੇ ਕੋਈ ਆਪਣੇ ਦਾਅਵੇ ਨਹੀਂ ਸਨ, ਆਪਣੀ ਲੜਾਈ ਨਹੀਂ ਸੀ ਨਿੱਜੀ ਕੋਈ, ਆਪਣੀ ਪਕੜ ਨਹੀਂ ਸੀ ਕੋਈ ਨਿੱਜੀ, ਆਪਣਾ ਕੋਈ ਯੋਰ ਨਹੀਂ ਸੀ ਨਿੱਜੀ, ਕੋਈ ਤਨ ਦੀ ਧਨ ਦੀ ਜ਼ਮੀਨ ਦੀ ਤਾਂ ਲੜਾਈ ਹੈ ਹੀ ਨਹੀਂ ਸੀ ਉਹਨਾਂ ਦੀ। ਇਹ ਕਾਰਨ ਸੀ ਵੀ ਜਦੋਂ ਸਿੱਖ ਜੂਝਦੇ ਸਨ, ਉਹਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਆਪ ਵਰਤਦੇ ਸਨ। ਵਰਤਣ ਦਾ ਕਾਰਨ ਹੀ ਇਹ ਸੀ ਉਹਨਾਂ ਦੇ ਹੱਥ ਵਿੱਚ। ਤੇ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ, ਤੁਸੀਂ ਬੜੀ ਵਾਰ ਪੜ੍ਹ ਦਿਓ, ਸਿੱਖ ਦਾ ਕਿਰਦਾਰ ਕਿਹੋ ਜਿਹਾ ਸੀ, ਕਿੰਨਾ ਭਰੋਸਾ ਗੁਰੂ ਕੀ ਬਾਣੀ ਗੁਰੂ ਕੇ ਨਾਮ ਅੰਮ੍ਰਿਤ ਤੇ। ਗੁਰਮੁਖੋ ਅੱਜ ਸੁਚੇਤ ਹੋਇਓ ਥੋੜ੍ਹਾ ਜਿਹਾ। ਕਸੂਰ ਅਕਾਲ ਤਖ਼ਤ ਸਾਹਿਬ ਦੇ ਬਾਹਰ ਵਿਸਾਖੀ ਦਾ ਦੀਵਾਨ ਸਜਿਆ ਸੀ, 1763 ਦੇ ਕਰੀਬ ਦੀ ਇੱਕ ਘਟਨਾ ਹੈ, ਤੇ ਕਸੂਰ ਦਾ ਇੱਕ ਬ੍ਰਾਹਮਣ ਆਇਆ, ਉਹਨੇ ਕੌਮ ਅੱਗੇ ਬੇਨਤੀ ਕੀਤੀ ਵੀ ਉੱਥੋਂ ਦਾ ਹਾਕਮ ਮੇਰੀ ਇਸਤਰੀ ਨੂੰ ਖੋਹ ਕੇ ਲੈ ਗਿਆ, ਜ਼ੁਲਮ ਕਰਦਾ ਪਿਆ, ਤੇ ਖਾਲਸੇ ਕੋਲ ਮੈਂ ਫਰਿਆਦੀ ਬਣ ਕੇ ਆਇਆ, ਤੁਸੀਂ ਤਾਂ ਦਰ ਆਏ ਦੀ ਪਹਿਜ ਰੱਖਦੇ ਹੋ, ਮੇਰੀ ਮਦਦ ਕਰੋ, ਮੈਂ ਕਿੱਥੇ ਜਾਵਾਂ, ਮੈਨੂੰ ਕੋਈ ਸਹਾਰਾ ਨਹੀਂ ਤੁਹਾਡੇ ਬਿਨਾਂ। ਸਿੱਖ ਸੋਚਣ ਲੱਗ ਗਏ ਵੀ ਉਹਦੇ ਕਿਲੇ ਬੜੇ ਨੇ, ਉਹਦੀ ਤਿਆਰੀ ਬੜੀ ਹੈ, ਇੱਕੋ ਦਮ ਮੁਹਿੰਮ 'ਤੇ ਚੜ੍ਹਾਂਗੇ ਤੇ ਉੱਥੋਂ ਨੁਕਸਾਨ ਹੋ ਸਕਦਾ ਸਾਡਾ, ਕੁਝ ਇਹ ਸੋਚਣ ਲੱਗੇ। ਸਰਦਾਰ ਚੜ੍ਹਤ ਸਿੰਘ ਹੱਥ ਵਿੱਚ ਸ਼ਮਸ਼ੀਰ ਪਕੜੀ, ਕਹਿੰਦਾ ਖਾਲਸਾ ਜੀ ਮੇਰੀ ਇੱਕ ਰਾਏ ਹੈ, ਦੱਸੋ। ਕਹਿਣ ਲੱਗੇ ਮੇਰੀ ਇੱਕ ਰਾਏ ਹੈ, ਕੋਈ ਸਲਾਹ ਨਾ ਕਰੋ ਕਿਸੇ ਨਾਲ ਵੀ, ਇਹ ਦਰ 'ਤੇ ਆਇਆ ਹੈ, ਗੁਰੂ ਨਾਨਕ ਦਾ ਘਰ ਇਹਦੀ ਪੈਜ ਵੀ ਰੱਖੇਗਾ, ਇਹ ਵੀ ਸਾਡਾ ਫਰਜ਼ ਹੈ, ਇਹ ਫਰਿਆਦੀ ਬਣ ਕੇ ਇਹਦੀ ਇਹਨੂੰ ਖਾਲੀ ਨਹੀਂ ਤੋਰਨਾ। ਕਹਿੰਦੇ ਫਿਰ ਕਰੀਏ ਕੀ? ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ, ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੁਕਮ ਦੇਣਗੇ ਉਹਦੇ ਮੁਤਾਬਕ ਅਗਲਾ ਕਾਰਜ ਕਰਾਂਗੇ। ਸਾਰੇ ਪੰਥ ਨੇ ਖਾਮ ਲਾਈ ਵੀ ਚਾਹੀਦਾ ਹੀ ਇਹ ਵੇ। ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ। ਅੱਜ ਜਿਹੜੀ ਸ਼੍ਰੇਣੀ ਇਹ ਗੱਲ ਕਹਿੰਦੀ ਹੈ ਨਾ, ਗੁਰੂ ਗ੍ਰੰਥ ਸਾਹਿਬ ਖਿਮਾ ਕਰਿਓ ਕੇਵਲ ਗਿਆਨ ਹੈ, ਗੁਰੂ ਨਹੀਂ। ਪਤਾ ਨਹੀਂ ਇਹ ਲੋਕ ਕੀ ਸਿੱਧ ਕਰਨਾ ਚਾਹੁੰਦੇ ਨੇ, ਕਿਹੜੀ ਇਹਨਾਂ ਨੂੰ ਬਿਮਾਰੀ ਚੰਬੜ ਗਈ ਹੈ। ਕੌਮ ਦੇ ਦੋਖੀ ਬਣ ਕੇ ਉੱਭਰਦੇ ਪਏ ਨੇ ਸਿੱਖੀ ਸਰੂਪ ਦੇ ਵਿੱਚ। ਕਦੀ ਆਪਣੇ ਬਜ਼ੁਰਗਾਂ ਵੱਲ ਤੇ ਦੇਖੋ, ਉਹਨਾਂ ਆਪਣੇ ਵੱਡਿਆਂ ਵੱਲ ਤੇ ਝਾਤ ਪਾਓ ਕਿ ਉਹਨਾਂ ਵਿੱਚ
जे झात पाओगे की गल जिन्नी ज्ञान दी खनेरी सन 91-92 तो बाद आई एदू पहला कौम दे विच सारे कमले सन कोई सियाणा नहीं सी की गल किसे नू सोझी ना पाई भी गुरु ग्रंथ साहिब कला ज्ञान है ये गुरु नहीं पर किरदार कैसा सी सिख दा सरदार चढ़ सिंह कहिंदे नहीं अरदास गुरु ग्रंथ साहिब अगे करो जो सतगुरु हुक्म देणगे प्रतख दाता जी दे सामने अरदास कीती ते धन गुरु ग्रंथ साहिब जी ने असीस बख्श के आदेश दे दिता सी पंजे बद्दे मां बली कर सच्चा ढोवा जदों ये असीस आई ते सिखां ने जकारा गजा के कुछ नहीं सोचिया इको दम मुहिम नूं तैयार करके कसूर ते चढ़ाई कर दिती जिन्हां नूं सोचिया भी नहीं सिखाउणा कि सिंह इस तरह भी आके कदी हमला कर सकते ने उन्हां नूं संभलण दा मौका ना मिलिया उन्हूं जित लिया कसूर नूं सिखां ने एडा भरोसा उन्हां जरनैलां दा अपने गुरु साहिबां उपर सतगुर की बाणी उत्ते ते मैं एक बेनती कह के संपन्नता करांगा गुरमुखो जिदन फिर सरदार साहब ने सुल्तान उल कौम ने सरहंद जीती इथों का जिन्ना धन तकरीबन सरदार गंडा सिंह हुणा के मुताबिक 9 लाख के करीब इन्हां नूं दिता गया ते कहिंदे मैं रखना नहीं चादर विछाई भी दरबार साहब की सेवा होने वाली है चादर विछा के उहदे लई नाम भी गुरु की चादर पिया भी संगत इहदे विच सेवा पाए सब तो पहला वो अपना सारा रुपया सरदार जस्सा सिंह ने उस चादर ते रखिया फिर जो सिखां कोल सरिया उन्हां तरिया गुरु नाल प्रेम किहो जिहा नादर खारदा पिया जकरीए नूं कैद किया मुहम्मद शाह रंगीले नूं उहने जित लिया लुट मचा के परतन लगा सिंघां तों हार गया ते जकरीए नूं जांदा पुछदा भी ये कौन ने हुण वेखो कहिंदा ये गुरु गोबिंद सिंह दे सिख ने खालसे अखवांदे ने इन्हों का मुरशद होया गुरु गोबिंद सिंह इन्हों एक आबे हयात दे गया वह की है कहिंदा पानी लैंदे ने कलाम बाणी पढ़ते ने भाव अरदास करते ने फिर कुछ कुछ घोटो दे चो पींदे ने असी मारदे मर गए पर मुकदे नहीं गए नादर नूं जकरिया कहिंदा लिया आ रल के इन्हों वेखीए कहिंदा नहीं मैं बहादुरां दी कदर करना कहिंदा क्यों कहिंदा जिस कौम नूं अपने गुरु ते अपने गुरु दी बाणी ते गुरु दे दित्ते आबे हयात अमृत ते इन्ना भरोसा है वह कौम कदी भी मर नहीं सकती ते तुसी ध्यान लिया जे अज इन्ना तिन्ना चीज़ां उपर ही साडे विच दुबदा पाई जा रही है बाणी दे विच भी अमृत दे विच भी ते अगली गल रह गई सी गुरु साहब उपर भी दुबदा भी सतगुर दे जीवन उपर भी शंके प्यारो ये तीन चीज़ां परमेश्वर स्वरूप हन आप नारायण कलातार जग में परवरियो मेरे सतगुरु ने जिन्हें सिख ने भरोसा किया उन्हूं पातशाह ने ना लोक विच ना परलोक विच कोई त्रोटा नहीं रहन दिता गुरु गरीब नवाज कृपा करन इन्नियां बेनतियां प्रवान करनियां जी बेअंत होईयां भुल्लां आप जी ने कृपा करके बख्श देनियां असीस बख्शो जी वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह आओ साध संगत जी 12:30 बजे तक अति सत्कार सन्मान योग संत बाबा हरी सिंह जी रंधावे वाले महापुरखों आप जियां नूं गुरमत विचारां गुरु जस सरवण करा रहे हैं बड़े प्यार दे नाल बाबा हरी सिंह जी हुणा पासों आप जी गुरु जस गुरमत विचारां इसे तरह जुड़ के सरवण करो जी वाहिगुरु जी का खालसा वाहिगुरु जी की फतेह वाहिगुरु साहिब जी एक ओंकार सतनाम करता पुरख निरभउ निरवैर अकाल मूरत
अजूनी सह भंगुर प्रसाद जप आद सच जुगाद सच है भी सच नानक होसी भी सच सदा सच दानंद सतरंग परनासी करीमुल कुनिंदा समस्तल निवासी अजायब विभूते गजायब गवीने हरियं करियं करीमुल रहीमे चतर चकर वर्ती चतर चकर भुगते स्वयं पव सुभू सर्वदा सर जुगते दुकालं परनासी दयालं स्वरूपे सदा अंग संगे अपंगं विभूते नानक गुरु गोबिंद सिंह पूर्ण हर अवतार जगमग ज्योत विराज ही श्री गुरु ग्रंथ मजार गुरु ग्रंथ कल युग पयो श्री गुरु रूप महान दस पातशाहियां रूप एहो गुरु ग्रंथ जी जान बेसमार अथाह अगंत अतोले ज्यों बुलावहो त्यों नानक दास बोले वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत्संग जीओ आप सर्वत गुरसिख माई भाई सतगुरां दे पावन सिद्धांतां अनुसार सतसंगत दे विच आउण दा सतगुरां दा हुक्म है गुरसिख नूं सतसंगत दे दरबार विच पहुंचियो गुरु नानक दे दरबार विच जिथे गुरु नानक दे ग्यारहवें स्वरूप श्री गुरु ग्रंथ साहिब जी महाराज दा पावन पवित्र प्रकाश है छत्र छाया है गुरु ग्रंथ साहिब जी हफ्तावारी दीवान सारे गुरु घरां दे अंदर सजदे है इत्थे भी सजे है ਭਾਵੇਂ ਸਾਰਾ ਹਫ਼ਤਾ ਹੀ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਫਿਰ ਵੀ ਕੁਝ ਚੋਣਵੇਂ ਗੁਰਮੁਖ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਕੰਮਾਂ ਕਾਰਾਂ 'ਤੇ ਜੈਸਾ ਪਰਮੇਸ਼ੁਰ ਨੇ ਰਿਜ਼ਕ ਬਖਸ਼ਿਆ ਹੋਇਆ ਉਹਦੇ ਅਨੁਸਾਰ ਧਰਮ ਦੀ ਕਿਰਤ ਕਰਦੇ ਹਾਂ ਸਮਾਂ ਨਹੀਂ ਮਿਲਦਾ ਉਹ ਫਿਰ ਛੁੱਟੀ ਵਾਲੇ ਦਿਨ ਵਿਸ਼ੇਸ਼ ਕਰਕੇ ਪਹੁੰਚ ਜਾਂਦੇ ਸੁਭਾਵ ਸਾਰੀਆਂ ਸੰਗਤਾਂ ਜਿਹੜੇ ਨਿੱਤ ਆਉਣ ਵਾਲੇ ਹੋ ਜਾਂ ਫਿਰ ਜਿਹੜੇ ਵਿਸ਼ੇਸ਼ ਕਰਕੇ ਛੁੱਟੀ ਦੇ ਦਿਨ ਦਾ ਲਾਭਾ ਉਠਾਉਣ ਵਾਸਤੇ ਗੁਰੂ ਕੀ ਪਾਵਨ ਸੰਗਤ ਵਿੱਚ ਆਏ ਹੋ ਭਾਵੇਂ ਪਿਛਲੇ ਦਿਨਾਂ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਵਚਨਾਂ ਦੇ ਅਨੁਸਾਰ ਦੁਪਹਿਰ ਦੇ ਵੇਲੇ ਸਤਸੰਗਤ ਦਾ ਪ੍ਰਕਰਨ ਚੱਲ ਰਿਹਾ ਅਤੇ ਉਸ ਦੇ ਅਨੁਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਅਤੇ ਵਿਚਾਰਾਂ ਸਤਿਗੁਰੂ ਆਪ ਕਿਰਪਾ ਕਰਕੇ ਜੈਸੀ ਬੁੱਧ ਕਰੋ ਪ੍ਰਗਾਸਾ ਕਿਸੇ ਦੇ ਕੋਈ ਹੱਥ ਬਸ ਨਹੀਂ ਹੈ ਬਲਕਿ ਬੇਨਤੀ ਕਰਨੀ ਬਣਦੀ ਹੈ ਬਖਤੇ ਨੂੰ ਵੀ ਸਰੋਤੇ ਨੂੰ ਵੀ ਕਿ ਗਰੀਬ ਨਿਵਾਜ ਕਿਰਪਾ ਕਰੋ ਦੋਨਾਂ ਪੱਖਾਂ ਵਿੱਚ ਤੁਸੀਂ ਆਪ ਹੀ ਵਰਤੋ
ਸਰੋਤੇ ਦੇ ਅੰਤਸ਼ਕਰਨ ਵਿੱਚ ਔਰ ਬਖਤੇ ਦੇ ਅੰਤਸ਼ਕਰਨ ਵਿੱਚ ਪ੍ਰਵੇਸ਼ ਹੋ ਕੇ ਇਹ ਕਥਾ ਸੁਣਨ ਦੀ ਔਰ ਕਥਾ ਕਰਨ ਦੀ ਸਮਰੱਥਾ ਆਪ ਬਖਸ਼ਿਸ਼ ਕਰੋ ਤਾਂ ਕਿ ਆਪ ਜੀ ਦੇ ਸਿਧਾਂਤਾਂ ਦੇ ਨਾਲ ਕਥਾ ਕਰਨ ਵਾਲੇ ਵੀ ਜੁੜਨ ਅਤੇ ਸੁਣਨ ਵਾਲੇ ਵੀ ਜੁੜਨ ਅਤੇ ਹੰਗਤਾ ਨਾ ਬਖਤੇ ਨੂੰ ਹੋਵੇ ਨਾ ਸਰੋਤੇ ਨੂੰ ਹੋਵੇ ਦੋਨਾਂ ਧਿਰਾਂ ਦੇ ਵਿੱਚੋਂ ਹੰਗਤਾ ਦਾ ਰੋਗ ਕਿਸੇ ਨੂੰ ਵੀ ਲੱਗ ਸਕਦਾ ਸਰੋਤੇ ਨੂੰ ਸਰੋਤਾਪਣ ਦੀ ਹੰਗਤਾ ਵੀ ਹੋ ਜਾਂਦੀ ਹੈ ਬਖਤੇ ਨੂੰ ਬਖਤਾ ਹੋਣ ਦੀ ਅੰਦਰ ਹੰਗਤਾ ਹੋ ਜਾਂਦੀ ਹੈ ਮੈਂ ਬਖਤਾਂ ਕਥਾਵਾਚਕਾਂ ਪਰ ਪਰਮੇਸ਼ੁਰ ਵਾਹਿਗੁਰੂ ਨੇ ਸਾਨੂੰ ਇਹ ਸਰੀਰ ਬਖਸ਼ੇ ਹੋਏ ਨੇ ਪੰਜ ਤੱਤ ਜਿਹੜੇ ਨੇ ਉਹ ਵਾਹਿਗੁਰੂ ਨੇ ਬਣਾਏ ਨੇ ਪੰਜ ਤੱਤ ਸਾਡੇ ਮਾਤਾ ਪਿਤਾ ਦਾਦੇ ਨੇ ਨਹੀਂ ਬਣਾਏ ਹੋਏ ਇਹ ਪੰਜ ਤੱਤ ਉਸ ਵਾਹਿਗੁਰੂ ਦੀ ਆਪਣੀ ਮਹਾਨ ਰਚਨਾ ਦੇ ਅੰਦਰ ਉਹਨਾਂ ਤੱਤਾਂ ਦੇ ਵਿੱਚੋਂ 25 ਪ੍ਰਕਿਰਤੀਆਂ ਬਣਾ ਲਈਆਂ ਪੰਜ ਤੱਤ 25 ਪ੍ਰਕਿਰਤੀਆਂ ਦਾ ਸਰੀਰ ਬਣਾਇਆ ਇਹ ਅਸਥੂਲ ਮਕਾਨ ਦੇ ਅੰਦਰ ਰਹਿਣ ਵਾਸਤੇ ਇੱਕ ਹੋਰ ਛੋਟਾ ਮਕਾਨ ਬਣਾਇਆ ਅਤੇ ਉਹ 17 ਤੱਤਾਂ ਦਾ ਹੈ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਪੰਜ ਪ੍ਰਾਣ ਅਤੇ ਮਨ ਔਰ ਬੁੱਧ ਇਹ 17 ਤੱਤਾਂ ਦਾ ਸੂਖਸ਼ਮ ਸਰੀਰ ਬਣਾ ਦਿੱਤਾ ਅਤੇ ਉਹਦੀ ਅਤੇ ਅਸਥੂਲ ਸਰੀਰ ਦੀ ਸਮਰੱਥਾ ਦਾ ਜਿਵੇਂ ਅਸਮਾਨ ਦਾ ਫਰਕ ਹੈ ਇਹ ਸਰੀਰ ਨੂੰ ਛੱਡ ਕੇ ਸੂਖਸ਼ਮ ਸਰੀਰ ਜਾ ਸਕਦਾ ਅਸਥੂਲ ਸਰੀਰ ਕਿਤੇ ਵੀ ਨਹੀਂ ਜਾ ਸਕਦਾ ਇਹ ਇੱਥੇ ਰਹੇਗਾ ਇੱਥੇ ਬਣਿਆ ਸੂਖਸ਼ਮ ਸਰੀਰ ਸਾਰੇ ਜਨਮ ਦਾ ਲੇਖਾ ਦੇਣ ਜਾਏਗਾ ਰੱਬ ਦੀ ਕਚਹਿਰੀ ਦੇ ਵਿੱਚ ਉੱਥੇ ਜੀਵਨ ਭਰਦਾ ਇਹਦਾ ਲੇਖਾ ਜੋਖਾ ਹੋਏਗਾ ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਅਤੇ ਨਾਨਕ ਆਖੇ ਰੇਵਨਾ ਸੁਣੀਆਂ ਸਿੱਖ ਸਹੀ ਲੇਖਾ ਹਿਸਾਬ ਦਾ ਨਾਮ ਹੈ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਉਹ ਸਾਡਾ ਸੂਖਸ਼ਮ ਸਰੀਰ ਹੈ 17 ਤੱਤਾਂ ਵਾਲਾ ਜਿਹੜਾ ਗਮਨਾ ਗਮਨ ਕਰਦਾ ਹੈ ਜਿਹੜਾ ਪਰਲੋਕ ਨੂੰ ਵੀ ਜਾਂਦਾ ਹੈ ਜਿਹੜਾ ਪਰਲੋਕ ਤੋਂ ਸਜ਼ਾ ਪ੍ਰਾਪਤ ਕਰਕੇ ਨਰਕਾਂ ਦੇ ਵਿੱਚ ਜੀ ਆਉਂਦਾ ਹੈ 84 ਲੱਖ ਜੋਨਾਂ ਵਿੱਚ ਵੀ ਜਾਂਦਾ ਹੈ ਇੱਕ ਦੇਹ ਨੂੰ ਛੱਡ ਕੇ ਦੂਜੀ ਜਗ੍ਹਾ ਚਲਿਆ ਜਾਂਦਾ ਹੈ ਦੂਜੀ ਨੂੰ ਛੱਡ ਕੇ ਤੀਜੀ ਜਗ੍ਹਾ ਚਲਿਆ ਜਾਂਦਾ ਹੈ ਅਤੇ ਭਰਮਣ ਕਰਦਾ ਫਿਰ ਰਿਹਾ ਹੈ ਫਿਰਤ ਫਿਰਤ ਬਹੁਤ ਯੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਮਹਾਰਾਜ ਕਹਿੰਦੇ ਇਸੇ ਜਨਮ ਦੇ ਵਿੱਚ ਤੂੰ ਆਪਣੀ ਅਗਲੀ ਜ਼ਿੰਦਗੀ ਵਾਸਤੇ ਕੁਛ ਕਰ ਸਕਦਾ ਅਤੇ ਅੱਗੋਂ ਕਹਿੰਦੇ ਨੇ ਵੀ ਬੜਾ ਸਿਆਣਾ ਜੀ ਫਲਾਨਾ ਉਹ ਆਪਣੇ ਘਰ ਨੂੰ ਜੋੜਨ ਲੱਗਿਆ ਹੋਇਆ ਉਹਨੇ ਪੈਸੇ ਜੋੜੇ ਉਹਨੇ ਪਰਿਵਾਰ ਪਾਲ ਦਿੱਤਾ ਉਹਨੇ ਆਪਣੇ ਰਿਸ਼ਤੇਦਾਰ ਵੀ ਜੀ ਇੱਥੇ ਬੁਲਾ ਕੇ ਉਹਨਾਂ ਦੇ ਵੀ ਭਲਾ ਕਰ ਦਿੱਤਾ ਇਹ ਅਸੀਂ ਆਮ ਗੱਲਾਂ ਕਰਦੇ ਹਾਂ ਪਰ ਜੀਵ ਸਿਆਣਾ ਨਹੀਂ ਇੰਨਾ ਮੂਰਖ ਹੈ ਇਹ ਆਪਣੇ ਆਪ ਦਾ ਤਾਂ ਭਲਾ ਨਹੀਂ ਕਰ ਸਕਿਆ ਕਿਸੇ ਦਾ ਕੀ ਕਰੂਗਾ ਇਹਨੂੰ ਇੰਨਾ ਦਾ ਚੱਜ ਨਹੀਂ ਵੀ ਸਰੀਰ ਤਿਆਗਣ ਤੋਂ ਬਾਅਦ ਜੋ ਕੁਛ ਤੇਰੇ ਕੰਮ ਆਉਣ ਵਾਲਾ ਤੂੰ ਉਹਦਾ ਇਕੱਠਾ ਕੀਤਾ ਹੀ ਨਹੀਂ ਕਦੇ ਜੇ ਕੀਤਾ ਤਾਂ ਐਵੇਂ ਬੇਲੋੜਾ ਜਿਹਾ ਸਮਝ ਕੇ ਸੁਬਹਾ ਸ਼ਾਮ ਕਿਤੇ ਨਿਤਨੇਮ ਕਰ ਲਿਆ ਅਤੇ ਮਹਾਰਾਜ ਸਾਹਿਬ ਨੇ ਜਿਹੜੀਆਂ ਵਿਚਾਰਾਂ ਸਾਨੂੰ ਦਿੱਤੀਆਂ ਵੀ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜਦੋਂ ਸਹਾਇਤਾ ਨਾਮ ਨੇ ਕਰਨੀਆਂ ਥਵੇ ਕਿਉਂ ਨਾ ਹਰ ਵੇਲੇ ਜਦੋਂ ਭੁੱਲ ਜਾਈਏ ਤਾਂ ਪਸ਼ਚਾਤਾਪ ਕਰਕੇ ਦੁਬਾਰੇ ਫੇਰ ਵਾਹਿਗੁਰੂ ਦੀ ਧੁਨ ਜਾਗਰਤ ਹੋ ਜਾਏ ਇਹ ਜਦੋਂ ਭੁੱਲ ਜਾਈਏ ਦੁਬਾਰੇ ਫਿਰ ਪਸ਼ਚਾਤਾਪ ਕਰਕੇ ਕਿ ਮੈਂ ਇੰਨਾ ਚਿਰ ਨਾਮ 'ਤੇ ਟੁੱਟਿਆ ਰਿਹਾ ਉਹ ਪਸ਼ਚਾਤਾਪ ਦਾ ਲਾਭ ਕੀ ਹੋਏਗਾ ਬਿੱਥ ਘਟਦੀ ਜਾਏਗੀ ਉਹ ਪਸ਼ਚਾਤਾਪ ਜਿਹੜਾ ਸਾਡੀ ਬਿੱਥ ਨੂੰ ਮੇਟਦਾ ਜਾਏਗਾ ਇੱਕ ਦਿਨ ਅਖੰਡਾਕਾਰ ਬਿਰਤੀ ਹੋ ਕੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਇਹ ਸਾਨੂੰ ਅਵਸਥਾ ਪ੍ਰਾਪਤ ਹੋ ਜਾਏਗੀ ਗੁਰਮੁਖ ਪਿਆਰੇ ਗਿਆਨੀ ਗੁਰਬਿੰਦਰ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਕਥਾ ਸਰਵਣ ਕਰਾਈ ਹੈ ਔਰ ਨਾਲ ਸਟੇਜ ਦੀ ਸੇਵਾ ਵੀ ਨਿਭਾ ਰਹੇ ਹੈ ਅਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਨੌਜਵਾਨ ਪੀੜ੍ਹੀ ਦੇ ਵਿੱਚ
ਨਵੇਂ ਗਿਆਨੀ ਸਿੰਘਾਂ ਦੀ ਬਹੁਤਿਆਂ ਦੀ ਗਿਣਤੀ ਉਹ ਹੈ ਜਿਹੜੇ ਨਾਸਤਿਕ ਸੋਚ ਰੱਖਣ ਵਾਲੇ, ਥੋੜ੍ਹੀ ਗਿਣਤੀ ਇਹੋ ਜਿਹੇ ਗਿਆਨੀ ਸਿੰਘਾਂ ਦੀ ਹੈ ਜਿਹੋ ਜਿਹੇ ਗਿਆਨੀ ਜੀ ਹੋਰੀ ਜਿਨ੍ਹਾਂ ਤੋਂ ਕਥਾ ਸੁਣੀ ਹੈ ਕਿ ਜਿਨ੍ਹਾਂ ਦੀ ਕਥਾ ਦੇ ਵਿੱਚ ਕੋਈ ਦਵੈਸ਼ ਦੀ ਬਦਬੂ ਨਹੀਂ ਆਉਂਦੀ ਹੈ, ਪੰਥ ਦਾ ਦਰਦ ਰੱਖ ਕੇ ਜੋ ਕੁਛ ਗੁਰੂ ਨੂੰ ਮਨਜ਼ੂਰ ਗੱਲਾਂ ਉਹ ਕੀਤੀਆਂ ਜਾਂਦੀਆਂ ਹਨ। ਹੈ ਤਾਂ ਇਹ ਸਮੇਂ ਦਾ ਪ੍ਰਭਾਵ, ਜੋ ਕੁਛ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਦਸਮ ਗ੍ਰੰਥ ਵਿੱਚ ਲਿਖਿਆ ਹੋਇਆ ਉਹਦੇ ਅਨੁਸਾਰ ਇਹ ਭਾਣਾ ਵਰਤਣਾ ਸ਼ੁਰੂ ਹੋ ਚੁੱਕਾ ਹੈ, ਔਰ ਜੋ ਕੁਛ ਹੋਰ ਲਿਖਿਆ ਉਹ ਵਰਤ ਕੇ ਰਹਿਣਾ, ਇਹ ਬਸਤਾ ਹੈ ਨਹੀਂ ਕਿਸੇ ਦੇ। ਫਿਰ ਜਿਹੜੇ ਢੰਗ ਦੇ ਨਾਲ ਸੁਧਾਰ ਹੋਣਾ, ਇਹ ਗਲਤੀਆਂ ਕਰਨ ਵਾਲਿਆਂ ਨੇ ਔਖਾ ਬੜਾ ਹੋਣਾ, ਸੁਧਾਰ ਕਰਨ ਵਾਲੇ ਨੇ ਆਉਣਾ, ਔਰ ਉਹਨੇ ਕਿਸ ਤਰੀਕੇ ਦੇ ਨਾਲ ਸੁਧਾਰ ਕਰਨਾ ਉਹਨੂੰ ਕੋਈ ਸਾਲ ਮਹੀਨੇ ਨਹੀਂ ਲੱਗਣੇ ਹੈ ਸਾਲ, ਅਤੇ ਉਹ ਬਹੁਤ ਪਰਮੇਸ਼ੁਰ ਵਾਹਿਗੁਰੂ ਦੇ ਉਹਨਾਂ ਸਰੂਪਾਂ ਦੇ ਵਿੱਚੋਂ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੀਤੀ ਹੈ, ਨੇਹ ਕਲੰਕ ਬੱਜੂ ਡੰਗ ਚੜੂ ਦਲ ਰਵਿੰਦ ਜੀਓ, ਨੇਹ ਕਲੰਕ ਬੱਜੀ ਡੰਗ ਚੜੂ ਦਲ ਰਵਿੰਦ ਜੀਓ। ਉਹ ਤਾਂ ਹੋ ਕੇ ਰਹਿਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਆਈ ਹੋਈ ਹੈ ਬਾਤ। ਸੁਧਾਰ ਇਹ ਮੇਰੇ ਤੁਹਾਡੇ ਕਿਸੇ ਦੇ ਕਹਿਣ ਨਾਲ ਨਹੀਂ ਹੋ ਜਾਣਾ, ਸੁਧਾਰ ਹੋਣਾ ਉਸ ਵੇਲੇ ਜਦੋਂ ਸੁਧਾਰ ਕਰਨ ਵਾਲੇ ਨੇ ਆਪ ਹੀ ਆ ਜਾਣਾ। ਉਨੀ ਦੇਰ ਤੱਕ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਜਾਓ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਗਿਆਨੀ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਸੁੰਦਰ ਵਿਚਾਰ ਆਪ ਜੀ ਨੂੰ ਇਹਦੇ ਨਾਲ ਨਾਲ, ਉਹਨਾਂ ਨੇ ਇੱਕ ਸਰਦਾਰ ਜੱਸਾ ਸਿੰਘ ਦੀ ਉਹਨਾਂ ਦੇ ਤਿਆਗ ਦੀ ਗੱਲ ਇੱਕ ਅਖੀਰ ਦੇ ਵਿੱਚ ਸੁਣਾਈ ਵੀ ਜਿਹੜਾ 9 ਲੱਖ ਉਹਨਾਂ ਨੂੰ ਇੱਥੋਂ ਮਿਲਿਆ ਸਰਹੰਦ ਦੇ ਵਿੱਚ, ਉਹਨਾਂ ਨੇ ਚਾਦਰ ਵਿਛਾ ਦਿੱਤੀ ਵੀ ਇਹ ਸਾਰੇ ਗੁਰੂ ਰਾਮਦਾਸ ਮਹਾਰਾਜ 'ਤੇ ਉਸ ਦਰਬਾਰ 'ਤੇ ਲੱਗਣੀ ਹੈ, ਔਰ ਹੋਰ ਸਰਦਾਰਾਂ ਨੇ ਹਿੱਸੇ ਪਾਏ, ਮਾਇਆ ਨੂੰ ਸਾਂਝੀ ਬਣਾ ਦਿੱਤਾ ਜਿਹੜੀ ਉਹਨਾਂ ਦੇ ਆਪਣੀ ਮੇਰ ਦੇ ਵਿੱਚ ਆਈ ਹੋਈ ਸੀ, ਉਹ ਵੀ ਪੰਥ ਦੇ ਹਵਾਲੇ ਕਰ ਦਿੱਤੀ। ਬਸ ਉਦੋਂ ਹੀ ਪੰਥ ਦੀ ਚੜ੍ਹਦੀ ਕਲਾ ਸੀ। ਅੱਜ ਲੜਾਈ ਇਸ ਗੱਲ ਦੀ ਵੀ ਜਿਹੜਾ ਕੁਛ ਪੰਥ ਦਾ ਹੈ ਉਹ ਪਰਿਵਾਰ ਸਾਂਭੀ ਬੈਠਾ, ਉਹ ਥੋੜ੍ਹੇ ਜਿਹੇ ਚੰਦ ਬੰਦੇ ਨੇ ਜਿਹੜੇ ਉਹਨਾਂ ਨੇ ਕਬਜ਼ਾ ਕਰ ਲਿਆ, ਉਹਦੇ 'ਤੇ ਰੌਲਾ ਤਾਂ ਇਸੇ ਗੱਲ ਦਾ ਹੀ ਹੈ ਨਾ। ਇਹ ਸਾਂਝ ਖਤਮ ਹੁੰਦੀ ਜਾ ਰਹੀ ਹੈ, ਇਸੇ ਸਾਂਝ 'ਤੇ ਮੈਂ ਜੋ ਗਿਆਨੀ ਜੀ ਗੱਲ ਕਰ ਰਹੇ ਸੀ ਅਤੇ ਉਹ ਇੱਕ ਗੱਲ ਬੜੀ ਇਸ ਵਿਚਾਰ ਦੇ ਨਾਲ ਮਿਲਦੀ ਸਮਝ ਕੇ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ, ਅਤੇ ਬਾਕੀ ਜਿਹੜਾ ਸਮਾਂ ਬਚਿਆ ਫਿਰ ਆਪਾਂ ਪ੍ਰਕਰਨ 'ਤੇ ਆ ਜਾਵਾਂਗੇ ਜੋ ਨਿਤ ਚੱਲਦਾ। ਮੁਗਲ ਬਾਦਸ਼ਾਹ ਦੇ ਵੇਲੇ, ਉਸ ਪੁਸਤਕ ਦੇ ਵਿੱਚ ਬਾਦਸ਼ਾਹ ਦਾ ਨਾਂ ਨਹੀਂ ਸੀ ਲਿਖਿਆ ਹੋਇਆ, ਇਹ ਮੈਂ 1971-72 ਦੇ ਵਿੱਚ ਪ੍ਰਾਪਤ ਹੋਈ ਸੀ। ਉਹਦੇ ਵਿੱਚ ਇਹ ਜ਼ਿਕਰ ਆਇਆ ਕਿ ਮੁਗਲ ਸਾਰੇ ਸੋਚਦੇ ਰਹੇ ਨੇ ਆਪਣੇ ਆਪਣੇ ਤਰੀਕੇ ਨਾਲ, ਜਿਹੜਾ ਵੀ ਰਾਜ 'ਤੇ ਵਹਿੰਦਾ ਸੀ ਵੀ ਆਖਿਰ ਗੱਲ ਕੀ ਹੈ, ਮੁੱਠੀ ਭਰ ਲੋਕ ਨੇ ਕਾਬੂ ਕਿਉਂ ਨਹੀਂ ਆਉਂਦੇ ਸਿੱਖ। ਇਹ ਗੱਲ ਮੁਗਲਾਂ ਨੇ ਵੀ ਸੋਚੀ, ਇਹ ਗੱਲ ਅੰਗਰੇਜ਼ਾਂ ਨੇ ਵੀ ਸੋਚੀ, ਇਹ ਗੱਲ ਕਾਂਗਰਸ ਨੇ ਵੀ ਸੋਚੀ, ਔਰ ਇਹ ਗੱਲ ਕਿਤੇ ਨਾ ਕਿਤੇ ਅੱਜ ਦੇ ਹੁਕਮਰਾਨ ਵੀ ਸੋਚ ਰਹੇ ਨੇ। ਇਕੱਲੇ ਸੋਚ ਨਹੀਂ ਰਹੇ, ਉਹ ਤਰੀਕੇ ਨਵੇਂ ਨਵੇਂ ਵਰਤੇ ਜਾ ਰਹੇ ਨੇ, ਔਰ ਕਈ ਤਰੀਕਿਆਂ 'ਚ ਉਹ ਸਫਲ ਵੀ ਹੈ, ਇਹ ਵੀ ਨਹੀਂ ਕੋਈ ਗੱਲ ਮੁੱਕਰੀ ਨਹੀਂ ਜਾ ਸਕਦੀ ਬਾਤ। ਮੁਗਲਾਂ ਨੇ ਇੱਕ ਮੀਟਿੰਗ ਕੀਤੀ, ਉਹਨੇ ਆਪਣੇ ਖਾਸ ਖਾਸ ਅਮਰਾਓ ਉਹਨਾਂ ਦੇ ਵਿੱਚ ਇੱਕ ਸਵਾਲ ਰੱਖਿਆ ਕਿ ਇੱਕ ਗੱਲ ਸਮਝ ਨਹੀਂ ਆਈ, ਸਿੱਖ ਕੌਮ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ, ਔਰ ਸਿੱਖ ਕੌਮ ਦੇ ਕੋਲ ਬਹੁਤ ਚੰਗੇ ਹਥਿਆਰ ਵੀ ਨਹੀਂ, ਸਿੱਖ ਕੌਮ ਦੇ ਕੋਲ ਕੋਈ ਬਹੁਤੇ ਵਧੀਆ ਟਿਕਾਣੇ ਕਿਲੇ ਵੀ ਨਹੀਂ ਹੈ, ਵੀ ਆਖਰ ਬਾਤ ਕੀ ਹੈ, ਜੰਗਲਾਂ ਦੇ ਵਿੱਚ ਰਹਿ ਰਹੇ ਨੇ ਲੋਕ, ਇਹਨਾਂ ਨੂੰ ਕਿਹੜਾ ਤਰੀਕਾ ਹੈ ਜਿਹੜਾ ਨਹੀਂ ਵਰਤ ਕੇ ਦੇਖਿਆ। ਭਿਆਨਕ ਤੋਂ ਭਿਆਨਕ ਮੌਤ ਜਿਹਦੀਆਂ 10 ਕਿਸਮਾਂ ਉਸ ਵੇਲੇ ਦੇ ਇਤਿਹਾਸ 'ਚ ਲਿਖੀਆਂ, 10 ਤਰੀਕੇ ਸੀ ਸਾਨੂੰ ਤਸੀਹੇ ਦੇ ਕੇ ਮਾਰਨ ਦੇ,
ਉਹ ਕਹਿੰਦੇ ਵੀ ਅਸੀਂ ਉਹਨਾਂ 'ਚ ਬੰਦ ਬੰਦ ਕੱਟਣਾ ਵੀ ਸੀ, ਉਹਦੇ 'ਚ ਦੁਫਾੜ ਕਰਨਾ ਵੀ ਸੀ, ਉਹਦੇ ਵਿੱਚ ਚਰਖਣੀ 'ਤੇ ਚਾੜਨਾ ਵੀ ਸੀ, ਉਹਦੇ ਘਸੀਟ ਕੇ ਮਾਰਨਾ ਵੀ ਸੀ, ਉਹਦੇ ਖੋਪਰੀ ਲਾਉਣ ਦੀ ਗੱਲ ਵੀ ਸੀ। ਉਹ ਕਹਿੰਦੇ ਵੀ 10 ਤਰੀਕੇ ਅਸੀਂ ਵਰਤ ਲਏ ਸਿੱਖਾਂ ਦੇ, ਵੀ ਇੱਕ ਦੀ ਮੌਤ ਸੈਂਕੜਿਆਂ ਨੂੰ ਡਰਾ ਦੇਵੇ, ਭੈ ਪੀਤ ਕਰ ਦੇਵੇ, ਪਰ ਇਹ ਤਰੀਕਾ ਸਾਡਾ ਫੇਲ ਹੋ ਗਿਆ। ਇੱਕ ਨੂੰ ਮਾਰਦਿਆਂ 100 ਖੜਾ ਹੋ ਜਾਂਦਾ ਮਰਨ ਵਾਸਤੇ, ਔਰ ਇਕੱਲੇ ਮਰਨ ਵਾਸਤੇ ਨਹੀਂ ਸਾਨੂੰ ਮਾਰਨ ਵਾਸਤੇ ਵੀ। ਉਹ ਕਹਿੰਦਾ ਵੀ ਮੈਂ ਹੁਣ ਆਪਣੇ ਬਜ਼ੁਰਗਾਂ ਦੀ ਜਿਹੜੀ ਗੱਲ ਪਿੱਛੋਂ ਪੁਸ਼ਤ ਦਰ ਪੁਸ਼ਤ ਰਾਜ ਕਰਦੇ ਆ ਰਹੇ ਨੇ, ਵੀ ਮੈਂ ਉਹਨਾਂ ਤੋਂ ਪਰੇ ਹਟ ਕੇ ਇੱਕ ਸਿੱਖਾਂ ਦੇ ਬਾਰੇ ਖੋਜ ਕਰਨੀ ਚਾਹੁੰਦਾ, ਮੈਂ ਜਾਣਨਾ ਚਾਹੁੰਦਾ ਵੀ ਅਸਲ ਤਾਕਤ ਕੀ ਹੈ ਇਹਨਾਂ ਦੇ ਵਿੱਚ, ਜਿਹੜੇ ਕਰਕੇ ਮੁੱਠੀ ਪਰ ਲੋਕ ਸਾਡੇ ਕਾਬੂ ਨਹੀਂ ਆਉਂਦੇ, ਮੈਂ ਉਹਦਾ ਗਿਆਨ ਪ੍ਰਾਪਤ ਕਰਨਾ। ਉਦੋਂ ਬਾਅਦ ਫਿਰ ਸਰਕਾਰ ਉਹਦੇ 'ਤੇ ਕੰਮ ਕਰੇਗੀ, ਇਹਨਾਂ ਨੂੰ ਮਾਰਨ ਦਾ ਖਹਿੜਾ ਛੱਡ ਕੇ, ਮਾਰ ਕੇ ਤਾਂ ਇਹ ਤਜਰਬਾ ਤਾਂ ਸਾਡਾ ਫੇਲ ਹੋ ਗਿਆ, ਇਹਨਾਂ ਦੇ ਘਰ ਉਜਾੜ ਕੇ ਦੇਖ ਲਏ, ਇਹਨਾਂ ਦੇ ਬੱਚੇ ਵੀ ਮਾਰ ਕੇ ਦੇਖ ਲਏ, ਇਹਨਾਂ ਦੀ ਘਰ ਵਾਲੀਆਂ, ਇਹਨਾਂ ਦੀਆਂ ਧੀਆਂ ਭੈਣਾਂ, ਅਸੀਂ ਸਭ ਕੁਝ ਤੰਗ ਕਰਕੇ ਦੇਖ ਲਿਆ। ਇਹ ਜੰਗਲਾਂ 'ਚ ਰਹਿ ਕੇ ਆਪਣੇ ਘਰ ਛੱਡ ਕੇ ਵੀ ਖੁਸ਼ ਨੇ, ਅਸੀਂ ਮਹਿਲਾਂ ਦੇ ਵਿੱਚ ਵੀ ਤੰਗ ਹਾਂ। ਵੀ ਹੁਣ ਨਵੀਂ ਖੋਜ ਮੈਂ ਇਹ ਕਰਨੀ ਚਾਹੁੰਦਾ ਵੀ ਇਹਨਾਂ 'ਚ ਸ਼ਕਤੀ ਕਿਹੜੀ ਹੈ, ਮੈਂ ਉਹ ਸ਼ਕਤੀ ਜਿਹੜੀ ਹੈ, ਔਰ ਇਹ ਬਹੁਤ ਵੱਡੀ ਨੀਤੀ ਦੀ ਗੱਲ ਸੀ ਜਿਹੜੀ ਮੁਗਲ ਨੇ ਸੋਚੀ, ਕਿਉਂਕਿ ਪੁਰਾਣੇ ਗ੍ਰੰਥਾਂ ਦੇ ਵਿੱਚ ਕੁਛ ਨੀਤੀ ਦੀਆਂ ਗੱਲਾਂ ਲਿਖੀਆਂ ਹਨ। ਕਈ ਵਾਰ ਬਹੁਤ ਵੱਡੇ ਵੱਡੇ ਸੂਰਮੇ, ਉਹ ਸੂਰਮੇ ਸਨ ਪਰ ਨੀਤੀ ਦੇ ਵਿੱਚ ਕਾਮਯਾਬ ਨਹੀਂ ਸੀ, ਉਹਨਾਂ ਦੀਆਂ ਘਰ ਵਾਲੀਆਂ ਨੀਤੀ ਦੇ 'ਚ ਕਾਮਯਾਬ ਸੀ। ਜਿੱਥੇ ਉਹਨਾਂ ਨੇ ਆਪਣੇ ਵਜ਼ੀਰ, ਜਿਹੜਾ ਰਾਜਾ ਵਜ਼ੀਰ ਦੀ ਗੱਲ ਨਾ ਮੰਨੇ, ਬਸ ਸਮਝ ਲਓ ਵੀ ਰਾਜੇ ਦਾ ਅੰਤ ਆ ਗਿਆ। ਵਜ਼ੀਰ ਲਾਏ ਸੂਝ ਬਣ ਜਾਂਦੇ ਸੀ, ਵਜ਼ੀਰ ਦਾ ਕੰਮ ਇਹ ਹੁੰਦਾ ਸੀ ਰਾਜੇ ਨੂੰ ਭਟਕਣਾ ਦੇਵੇ, ਅਤੇ ਇਹ ਕੰਮ ਔਰਤ ਦਾ ਹੈ, ਉਹ ਆਪਣੇ ਪਤੀ ਨੂੰ, ਉਹ ਬਾਦਸ਼ਾਹ ਦੀ ਨਿਆਈ, ਉਹ ਵਜ਼ੀਰ ਦੀ ਨਿਆਈ ਹੈ। ਵਜ਼ੀਰ ਦੇ ਸਿਰ 'ਤੇ ਰਾਜ ਚੱਲਦੇ ਨੇ, ਪਰਿਵਾਰ ਚੱਲਦੇ ਨੇ ਬੀਬੀਆਂ ਦੇ ਸਿਰ ਦੇ ਉੱਤੇ, ਅਤੇ ਜਿਹੜੇ ਬੱਚੇ ਨੇ ਤੁਹਾਡੀ ਪਰਜਾ ਹੈ। ਅਸੀਂ ਕਦੇ ਸੋਚਿਆ ਨਹੀਂ, ਹਰ ਪਰਿਵਾਰ ਇੱਕ ਰਾਜ ਹੈ, ਵੱਖਰੀ ਕਿਸਮ ਦਾ ਆਪਣਾ ਆਪਣਾ ਰਾਜ ਹੈ, ਕਿਤੇ ਵਜ਼ੀਰ ਮਾੜੇ ਨੇ, ਕਿਤੇ ਰਾਜੇ ਮਾੜੇ ਨੇ, ਕਿਤੇ ਰਾਜੇ ਦੀ ਨਹੀਂ ਬਣਦੀ ਵਜ਼ੀਰ ਨਾਲ, ਕਿਤੇ ਵਜ਼ੀਰ ਦੀ ਰਾਜੇ ਨਾਲ ਬਣਦੀ, ਪਰਜਾ ਮਾਰੀ ਜਾਂਦੀ ਹੈ। ਇਸੇ ਤਰ੍ਹਾਂ ਨਿਆਣਿਆਂ 'ਤੇ ਅਸਰ ਹੁੰਦਾ। ਰਾਵਣ ਸੂਰਮਾ ਤਾਂ ਸੀ ਬਹੁਤ ਵੱਡਾ, ਪਰ ਨੀਤੀ ਨਿਪੁੰਨ ਨਹੀਂ ਸੀ। ਮਦੋਦਰੀ ਨੀਤੀ ਦੇ ਵਿੱਚ ਪੂਰੀ ਨਿਪੁੰਨ ਸੀ, ਉਹਨੇ ਆਪਣੇ ਪੇਕੇ ਘਰ ਵਿੱਚ ਉਹਨੇ ਆਪਣੇ ਬਾਪ ਤੋਂ ਬੜਾ ਵਧੀਆ ਗਿਆਨ ਪ੍ਰਾਪਤ ਕੀਤਾ ਸੀ। ਲੱਖ ਸਮਝਾਇਆ ਪਰ ਉਹ ਨਹੀਂ ਸਮਝਿਆ, ਮਾਰ ਖਾ ਗਿਆ। ਪਰਿਣਾਮ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਵੀ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਚੱਲੋ ਜਵਾਰੀ ਦੋਵੇਂ ਹਥਿਆਰ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ, ਗੁਰੂ ਗ੍ਰੰਥ ਸਾਹਿਬ ਦੱਸਦੇ। ਇਹ ਮਸਾਲਾਂ ਕਾਹਦੇ ਵਾਸਤੇ, ਸਾਨੂੰ ਆਪਣਾ ਦਿਮਾਗ ਠੀਕ ਰੱਖਣ ਵਾਸਤੇ। ਤ੍ਰੇਤੇ ਯੁੱਗ ਦੇ ਵਿੱਚ ਇੱਕ ਘਟਨਾ ਮਿਲਦੀ ਹੈ ਕਿ ਦੋ ਭਰਾਵਾਂ ਦਾ ਝਗੜਾ ਹੁੰਦਾ ਹੈ, ਬਾਲੀ ਅਤੇ ਸੁਗਰੀਵ ਦਾ ਝਗੜਾ ਹੁੰਦਾ ਹੈ, ਅਤੇ ਮੂਰਖਪਣੇ ਦੇ ਵਿੱਚ, ਬਾਲੀ ਬਲਵਾਨ ਤਾਂ ਬਹੁਤ ਹੈ, ਰਾਵਣ ਨੂੰ ਵੀ ਕਾਬੂ ਕਰਕੇ 6 ਮਹੀਨੇ ਨਹੀਂ ਛੱਡਿਆ ਸੀ ਆਪਣੀ ਕੈਦ 'ਚੋਂ, ਛੋਟਾ ਜਿਹਾ ਤਾਂ ਹੈ ਨਹੀਂ ਸੀ ਉਹ। ਅਤੇ ਬਾਲੀ ਨੇ ਨਿੱਕੀ ਜਿਹੀ ਗੱਲ ਪਿੱਛੇ ਆਪਣੇ ਭਰਾ ਨੂੰ ਨਾਰਾਜ਼ ਹੋ ਕੇ ਸੋਚਿਆ ਨਹੀਂ, ਉਹਦੀ ਸੋਚ ਬਹੁਤ ਥੋੜ੍ਹੀ ਸੋਚ ਸੀ, ਉਹਨੂੰ ਕੁੱਟ ਕੁੱਟ ਕੇ ਘਰੋਂ ਕੱਢ ਦਿੱਤਾ, ਔਰ ਉਹਦਾ ਪਰਿਵਾਰ ਦੇ ਉੱਤੇ ਜ਼ਬਰਦਸਤੀ ਆਪ ਕਾਬੂ ਪਾ ਲਿਆ। ਸੁਗਰੀਵ ਦੇ ਘਰ ਵਾਲੀ ਉਹਨੂੰ ਸਾਹਮਣੇ ਬੈਠਾ ਅਤੇ ਭਰਾ ਨੂੰ ਕੱਢ ਦਿੱਤਾ, ਉਹ ਬੜਾ ਦੁਖੀ ਅਤੇ ਲਾਚਾਰ ਹੈ, ਕਮਜ਼ੋਰ ਸੀ। ਉਹ ਇੱਕ ਰੱਬੀ ਸਹਾਇਤਾ ਵਾਸਤੇ ਇੱਕ ਰਿਸ਼ੀ ਦੇ ਉਸ ਤਪੋਵਣ ਵਿੱਚ ਜਾਂਦਾ ਜਿੱਥੇ ਰਾਵ ਇਹ ਜਾ ਨਹੀਂ ਸੀ ਸਕਦਾ, ਬਾਲੀ ਇਹਨੂੰ ਸਰਾਪ ਹੋਇਆ ਵਾ ਸੀ,
ਉਹਦੀ ਹੱਦ 'ਚ ਨਹੀਂ ਜਾ ਸਕਦਾ, ਇਸ ਕਰਕੇ ਉਹ ਨਿਰਭੈਤਾ ਦਾ ਜੀਵਨ ਬਤੀਤ ਕਰਨ ਲੱਗਾ। ਉੱਥੇ ਰਾਮ ਜੀ ਦਾ ਮਿਲਾਪ ਹੁੰਦਾ ਅਤੇ ਦੋਨਾਂ ਦੀ ਮਿੱਤਰਤਾ ਕੰਢੀ ਜਾਂਦੀ ਹੈ। ਤਾਂ ਰਾਮ ਜੀ ਨੇ ਕਿਹਾ ਉੱਥੇ ਮਿੱਤਰ ਦੇ ਲਕਸ਼ਣ ਲਿਖੇ ਨ ਰਮਾਇਣ ਦੇ ਅੰਦਰ, ਮਿੱਤਰ ਕੈਸਾ ਹੁੰਦਾ ਹੈ ਕਿਤੇ ਪੜ੍ਹ ਕੇ ਦੇਖੋ, ਬੜਾ ਆਲੇ ਦਰਜੇ ਦੀਆਂ ਗੱਲਾਂ। ਰਾਮ ਜੀ ਕਹਿੰਦੇ ਵੀ ਦੇਖੋ ਮਿੱਤਰ ਉਹ ਹੁੰਦਾ ਜਿਹੜਾ ਮਿੱਤਰ ਦੇ ਦੁੱਖ ਦੇ ਵਿੱਚ ਤਾਂ ਭਾਗੀਦਾਰ ਬਣੇ ਅਤੇ ਸੁੱਖ ਦੇ ਵਿੱਚ ਦਾਅਵਾ ਨਾ ਕਰੇ ਵੀ ਇਹਦੇ 'ਚ ਹਿੱਸਾ ਦੇ ਮੈਨੂੰ, ਮੈਂ ਭਾਵੇਂ ਅੱਧਰਜੇ ਦਾ ਦੁਖੀ ਹਾਂ, ਦੁੱਖ ਆਪਣਾ ਸਾਂਝਾ ਹੈ। ਮੇਰੀ ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ, ਤੇਰੀ ਨੂੰ ਤੇਰਾ ਭਰਾ ਹੀ ਸਾਂਭੀ ਬੈਠਾ ਹੈ। ਆਪਣੇ ਪਰਿਵਾਰ ਉਜੜੇ ਨੇ, ਆਪਣਾ ਧਰਮ ਬਣਦਾ ਹੈ, ਪਰ ਏਕਤਾ ਦੇ ਵਿੱਚ ਬਹੁਤ ਵੱਡੀ ਮਜ਼ਬੂਤੀ ਹੈ। ਮੈਂ ਆਪਣੀ ਸੀਤਾ ਦੀ ਪ੍ਰਾਪਤੀ ਨੂੰ ਛੱਡ ਕੇ ਪਹਿਲਾਂ ਤੇਰੇ ਨਾਲ ਵਾਅਦਾ ਕਰਦਾ ਵੀ ਤੇਰਾ ਘਰ ਪਹਿਲਾਂ ਵਸਾਊਂਗਾ, ਮੇਰਾ ਵਸੇ ਚਾਹੇ ਨਾ ਵਸੇ। ਇਹ ਹੈ ਨਾ ਮਿੱਤਰ ਦੀ ਗੱਲ। ਅਤੇ ਕਹਿਣ ਲੱਗਾ ਜੀ ਠੀਕ ਹੈ ਚਲੋ, ਮਿੱਤਰ ਦਾ ਕੰਢੀ ਕੀ ਕਹਿਣ ਲੱਗਿਆ, ਫਿਰ ਤੂੰ ਇਸ ਤਰ੍ਹਾਂ ਕਰ, ਜਾ ਉਹਨੂੰ ਕੱਢ ਉੱਧਰੋਂ ਬਾਹਰ ਅਤੇ ਮੈਂ ਆਪਣਾ ਤੀਰ ਮਾਰ ਕੇ ਤੇਰੇ ਦੁਸ਼ਮਣ ਨੂੰ ਮਾਰੂੰ। ਉਹ ਕਹਿੰਦਾ ਦੇਖ ਲਓ ਜੀ ਮੈਂ ਉਹਦੇ ਨਾਲ ਲੜਨ ਜੋਗਾ ਨਹੀਂ। ਕਹਿੰਦੇ ਤੂੰ ਚਿੰਤਾ ਨਾ ਕਰ, ਸੈਂਕੜੇ ਵਾਰ ਕਹਾਣੀ ਸੁਣੀ ਹੋਏਗੀ। ਗਿਆ ਇਹਨੇ ਉਸ ਨੂੰ ਚੁਣੌਤੀ ਦਿੱਤੀ ਔਰ ਉਹ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ ਵੀ ਤੇਰੀ ਹਿੰਮਤ, ਬਿਲਾਂ 'ਚ ਰਹਿਣ ਵਾਲੇ ਚੂਹੇ ਆ, ਤੈਨੂੰ ਖੰਭ ਲਾ ਕੇ ਆ ਗਿਆ ਤੂੰ ਮਰਨ ਵਾਸਤੇ, ਤੈਨੂੰ ਉਦੋਂ ਜਿਉਂਦਾ ਛੱਡ ਦਿੱਤਾ ਸੀ। ਅਤੇ ਯੁੱਧ ਹੋਣ ਲੱਗਾ, ਉਹਨੇ ਮਾਰ ਮਾਰ ਕੇ ਗਦਾ ਪਾਸੇ ਭੰਨ ਦਿੱਤੇ। ਇਹ ਵਿਚਾਰਾ ਦੁਬਾਰੇ ਫੇਰ ਭਗੌੜੋ ਕੇ ਮਸਾਂ ਆਪਣੀ ਜਾਨ ਬਚਾਈ ਅਤੇ ਥਾਂ ਥਾਂ 'ਤੇ ਭੰਨਿਆ ਪਿਆ। ਜਦੋਂ ਰਾਮ ਜੀ ਦੀ ਖਬਰ ਲੈਣ ਗਏ, ਇਹ ਫਿਰ ਬਹੁਤ ਬੁਰਾ ਭਲਾ ਬੋਲਿਆ ਰਾਮ ਚੰਦਰ ਜੀ ਨੂੰ, ਕਹਿੰਦਾ ਵਧੀਆ ਮਿੱਤਰਤਾ ਨਿਭਾਈ, ਕਹਿੰਦਾ ਹੱਡ ਤੜਾ ਤੇ ਮੈਂ ਤਾਂ ਤੇਰੇ ਬਲ ਕਰਕੇ ਗਿਆ ਸੀ ਲੜਨ, ਮੇਰੇ ਕੋਲ ਤਾਂ ਤਾਕਤ ਹੀ ਨਹੀਂ ਸੀ ਲੜਨ ਦੀ, ਇਹ ਕਰਿਆ ਕੀ ਆ ਤੂੰ, ਮੇਰੇ ਪਾਸੇ ਭੰਨ ਕੇ ਰੱਖ ਦਿੱਤੇ। ਰਾਮ ਜੀ ਧੂਈ ਧੀਰਜ ਵਾਲੇ ਨੇ ਸੁਣੀ ਗਏ, ਕਹਿੰਦੇ ਵੀ ਤੂੰ ਆਪਣੇ ਥਾਂ 'ਤੇ ਠੀਕ ਹੈ। ਅਤੇ ਪੀੜਾ ਬਹੁਤ ਹੋ ਰਹੀ ਆ, ਕਹਿੰਦਾ ਪੀੜਾ, ਕਹਿੰਦਾ ਮਰਵਾ ਕੇ ਪੀੜਾ ਪੁੱਛਦੇ, ਪੀੜਾ ਹੋ ਰਹੀ ਹੈ। ਰਾਮ ਜੀ ਨੇ ਇੱਕ ਐਂ ਹੱਥ ਲਾਇਆ, ਹੁਣ ਉਹ ਹੱਥਾਂ ਦੇ ਵਿੱਚ ਜਿਹੜੀ ਸ਼ਕਤੀ ਹੈ ਜਿਹਦੀ ਆਪਾਂ ਗੱਲ ਸ਼ਾਮ ਦੇ ਟਾਈਮ ਕਰ ਰਹੇ ਹਾਂ, ਸਪਰਸ਼ ਹੋਣ ਦੀ ਅਸੀਂ ਪੀੜਾ ਸਾਰੀਆਂ ਖਤਮ ਹੋ ਗਈਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੰਗ ਪੜ੍ਹੋ, ਕਰਤਾਰਪੁਰ ਦਾ ਜੰਗ ਸਮਾਪਤ ਹੁੰਦਾ, ਜਾਂ ਫਿਰ ਫੂਲ ਮਹਾਰਾਜ ਦਾ ਜੰਗ ਸਮਾਪਤ ਹੁੰਦਾ, ਅੰਮ੍ਰਿਤਸਰ ਸਾਹਿਬ ਦਾ ਜੰਗ ਹੈ, ਅਤੇ ਜਾਂ ਫਿਰ ਹਰਗੋਬਿੰਦਪੁਰੇ ਦਾ ਜੰਗ, ਚਾਰੇ ਜੰਗ ਮਹਾਰਾਜ ਜਿਹੜੇ ਫੱਟੜ ਹੋਏ ਵੇ ਨੇ, ਜਿਹੜੇ ਹੈ ਕਰਦੇ ਨੇ, ਜਿਹੜੇ ਦੁਖੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਵਾਰੀ ਆਪਣਾ ਹੱਥ ਸਪਰਸ਼ ਕਰਦੇ ਨੇ ਤਾਂ ਉਹਦੀਆਂ ਪੀੜਾਂ ਖਤਮ ਹੋ ਜਾਂਦੀਆਂ ਨੇ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਧ। ਅਤੇ ਉਹਨੂੰ ਫਿਰ ਕੁਛ ਤਾਂ ਅਹਿਸਾਸ ਹੋਇਆ, ਵੀ ਕਹਿਣ ਲੱਗਿਆ ਜੀ ਵੀ ਤੁਸੀਂ ਇਹ ਕੀ ਕੀਤਾ, ਜੇ ਮੇਰੇ ਤੁਸੀਂ ਸਹਾਇਤਾ ਨਹੀਂ ਸੀ ਕਰਨੀ ਮੈਨੂੰ ਕਿਉਂ ਭੇਜਿਆ। ਕਹਿੰਦੇ ਮਿੱਤਰ ਬਾਤ ਇਹ ਹੈ, ਤੁਹਾਡੀਆਂ ਸ਼ਕਲਾਂ ਇੱਕੋ ਜਿਹੀਆਂ, ਤੁਹਾਡਾ ਕੱਦ ਕਾਠ ਇੱਕੋ ਜਿਹਾ, ਤੁਹਾਡੇ ਕੱਪੜੇ ਇੱਕੋ ਜਿਹੇ। ਉਹ ਮੈਂ ਤੀਰ ਮਾਰਨ ਲੱਗਦਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਦੋਨਾਂ 'ਚ ਕਿਹੜਾ ਹੈ, ਬਾਲੀ ਕਿਹੜਾ ਅਤੇ ਸਕਰੀਬ ਕਿਹੜਾ। ਜੇ ਮੇਰੇ ਹੱਥੋਂ ਪਹਿਲਾਂ ਤੂੰ ਮਰ ਜਾਂਦਾ, ਮੈਂ ਤਾਂ ਕਾਸੇ ਜੋਗਾ ਵੀ ਨਹੀਂ ਸੀ ਰਹਿਣਾ, ਹੁਣ ਤੂੰ ਜਿਉਂਦਾ ਤਾਂ ਹੈਗਾ, ਕੱਲ੍ਹ ਨੂੰ ਤੈਨੂੰ ਨਿਸ਼ਾਨੀ ਲਾ ਕੇ ਭੇਜੂੰਗਾ, ਕੱਲ੍ਹ ਨੂੰ ਝੰਡ ਦੂੰ, ਉਹਨੂੰ ਫਿਕਰ ਨਾ ਕਰ। ਅਗਲੇ ਦਿਨ ਚਲੋ ਜੀ ਨਿਸ਼ਾਨੀ ਰੱਖੀ ਅਤੇ ਉਹਦੇ ਗਲ 'ਚ ਹਾਰ ਪਾਇਆ ਜਾਂ ਕੋਈ ਦੁਬਾਰੇ ਭੇਜਿਆ। ਮੇਰੇ ਕਹਿਣ ਦਾ ਮਤਲਬ, ਜਿਹੜੀ ਗੱਲ ਮੁਗਲ ਸੋਚ ਰਿਹਾ ਸਿੱਖਾਂ ਵਾਸਤੇ, ਉਹ ਪੁਆਇੰਟ ਹੈ ਇੱਕ ਰਾਜਨੀਤੀ ਦਾ। ਜਾ ਕੇ ਇਹਨੇ ਫਿਰ ਉਹਨੂੰ ਚੁਣੌਤੀ ਦੇ ਦਿੱਤੀ, ਉਹ ਇੰਨਾ ਗੁੱਸੇ 'ਚ ਆ ਗਿਆ, ਕਹਿੰਦਾ ਵੀ ਅੱਜ ਤੈਨੂੰ ਛੱਡਣਾ ਨਹੀਂ, ਛੱਡੂ ਮਾਰ ਕੇ, ਹੁਣ ਹੁਣ ਤੇਰੀ ਲਾਸ਼ ਏ, ਹੁਣ ਤੈਨੂੰ ਜਾਣ ਨਹੀਂ ਦਿੰਦਾ ਅੱਜ ਮੈਂ। ਤੂੰ ਆ ਗਿਆ ਮੁੜ ਕੇ, ਫਿਰ ਕੱਲ੍ਹ ਵੀ ਬਚ ਗਿਆ ਸੀ, ਪਹਿਲਾਂ ਵੀ ਬਚ ਗਿਆ ਸੀ, ਹੁਣ ਤੀਜਾ ਚਾਂਸ ਹੈ, ਹੁਣ ਨਹੀਂ ਤੈਨੂੰ ਛੱਡਣਾ ਮੈਂ। ਉਹ ਕਹਿੰਦਾ ਨਿਕਲਦਾ ਸੀ ਪਤਾ ਤੈਨੂੰ ਲੱਗੂ ਵੀ ਤੂੰ ਮਰਦਾ ਕਿ ਮੈਂ ਮਰਦਾ, ਕਹਿੰਦਾ ਤੇਰੀ, ਕਹਿੰਦਾ ਇੰਨੀ ਹਿੰਮਤ ਤੇਰੀ। ਉਹਦੀ ਮਹਾਰਾਣੀ ਤਾਰਾ ਮੂਹਰੇ ਹੋ ਕੇ ਖੜ ਗਏ, ਕਹਿੰਦੀ ਪਤੀ ਅੱਜ ਨਹੀਂ ਤੈਨੂੰ ਜੰਗ ਵਿੱਚ ਜਾਣ ਦੇਣਾ। ਕਹਿੰਦਾ ਤੂੰ ਪਾਗਲ ਹੋਈ ਹੈ, ਉਹ ਚੁਣੌਤੀ ਦੇ ਰਿਹਾ, ਮੈਂ ਕਿਉਂ ਨਹੀਂ ਜਾਊਂਗਾ, ਮੈਂ ਕਹਿ ਰਿਹਾ ਅਰ ਤੈਨੂੰ ਮੇਰੇ ਬਲ 'ਤੇ ਭਰੋਸਾ ਨਹੀਂ। ਕਹਿੰਦੀ ਸਵਾਮੀ ਮੈਨੂੰ ਤੇਰੇ ਬਲ 'ਤੇ ਪੂਰਾ ਭਰੋਸਾ ਹੈ, ਤੂੰ ਰਾਵਣ ਵਰਗੇ ਨੂੰ 6-6 ਮਹੀਨੇ ਆਪਣੀ ਕੈਦ 'ਚ ਰੱਖਿਆ, ਤੇਰਾ ਭਰਾ ਤੇਰੇ ਨਾਲ ਲੜਨ ਜੋਗਾ ਹੈ ਹੀ ਨਹੀਂ, ਨਾ ਪਹਿਲਾਂ ਸੀ ਨਾ ਹੁਣ ਹੈ। ਕਹਿਣ ਲੱਗੀ ਮੈਨੂੰ ਮੇਰੀ ਇੱਕ ਬੇਨਤੀ ਸੁਣ ਲੈ, ਮੈਂ ਜ਼ਿੰਦਗੀ ਬਤੀਤ ਕੀਤੀ ਆ ਤੇਰੇ ਨਾਲ, ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਮੈਂ ਵਿਧਵਾ ਨਹੀਂ ਹੋਣਾ ਚਾਹੁੰਦੀ। ਕਹਿੰਦਾ ਤੂੰ ਪਾਗਲ ਹੋ ਗਈ, ਇਹ ਮਾਰ ਦੂੰ ਮੈਨੂੰ। ਕਹਿੰਦੇ ਨਹੀਂ ਨਹੀਂ ਨਹੀਂ, ਤੂੰ ਬਲਵਾਨ ਜ਼ਰੂਰ ਹੈ ਪਰ ਤੂੰ ਨੀਤੀਵਾਨ ਨਹੀਂ ਹੈ। ਮੈਂ ਬਲਵਾਨ ਨਹੀਂ ਹਾਂ ਔਰਤਾਂ, ਪਰ ਮੈਂ ਨੀਤੀਵਾਨ ਹਾਂ।
ਕਹਿੰਦਾ ਹੁਣ ਤੂੰ ਨੀਤੀ ਪੜਾਏਗੀ ਮੈਨੂੰ? ਕਹਿੰਦੇ ਜੀ ਗੱਲ ਤਾਂ ਸੁਣ ਲਓ ਮੇਰੀ, ਤਾਂ ਕਿ ਮੇਰੇ ਮਨ 'ਤੇ ਭਾਰ ਨਹੀਂ ਰਹੂਗਾ, ਮੈਂ ਆਪਣੇ ਪਤੀ ਨੂੰ ਸਮਝਾਇਆ ਨਹੀਂ ਸੀ, ਕਰਨਾ ਤਾਂ ਫਿਰ ਵੀ ਤਾਂ ਆਪਣੀ ਮਰਜ਼ੀ ਹੈ। ਕਹਿੰਦਾ ਹਾਂ ਦੱਸ ਲੈ। ਕਹਿੰਦੀ ਵੀ ਜਿਹੜੀ ਨੀਤੀ ਮੈਂ ਪੜ੍ਹੀ ਹੈ ਉਸ ਨੀਤੀ ਦੇ ਮੁਤਾਬਕ ਮੈਂ ਦੱਸਦੀ ਹਾਂ ਵੀ ਸਕਰੀਬ ਦੇ ਵਿੱਚ ਕੋਈ ਬਗਾਨੀ ਤਾਕਤ ਬੜੀ ਹੋਈ ਹੈ। ਦੇਖੋ ਕਿੱਡਾ ਦਿਮਾਗ ਸੀ ਉਸ ਔਰਤ ਦਾ। ਇਹ ਆਪਣੇ ਬਲ 'ਤੇ ਚੁਣੌਤੀ ਨਹੀਂ ਦੇ ਰਿਹਾ, ਇਹ ਕਿਸੇ ਹੋਰ ਦੀ ਤਾਕਤ 'ਤੇ ਚੁਣੌਤੀ ਦਿੰਦਾ। ਤੈਨੂੰ ਮਾਰਨਾ ਉਸ ਤਾਕਤ ਨੇ ਜਿਹਦਾ ਨਾ ਮੈਨੂੰ ਪਤਾ ਨਾ ਤੈਨੂੰ ਪਤਾ, ਤੂੰ ਮਰ ਜਾਏਗਾ, ਇਹ ਨਹੀਂ ਮਰਨ ਜੋਗਾ ਹੈ। ਕਹਿੰਦਾ ਫਿਰ ਕੀ ਕਰਨਾ ਚਾਹੀਦਾ? ਕਹਿਣਗੀ ਵੀ ਨੀਤੀ ਐਂ ਕਹਿੰਦੀ ਆ ਵੀ ਗਦਾ ਰੱਖ ਦੇ ਇੱਥੇ, ਦੋਨੇ ਭੁਜਾਂ ਪਸਾਰ ਲੈ, ਤੂੰ ਕਹਿ ਮੇਰਾ ਮਾਂ ਜਾਇਆ ਵੀਰ ਹੈ ਤੂੰ, ਆਹ ਮੇਰੇ ਗਲੇ ਲੱਗ, ਉਹ ਮੇਰੇ ਛੋਟੇ ਭਰਾ ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰੀ ਔਰਤ ਤੈਨੂੰ ਵਾਪਸ ਕਰਦਾ, ਤੇਰਾ ਹਿੱਸਾ ਤੈਨੂੰ ਵਾਪਸ ਕਰਦਾ, ਤੂੰ ਆ ਕੇ ਰਹੋਗੇ। ਕਹਿੰਦੀ ਉਹ ਬੜਾ ਭੋਲਾ, ਮੈਂ ਜਾਣਦੀ ਹਾਂ ਉਸ ਨੂੰ, ਮੈਂ ਆਪਣੇ ਦੇਵਰ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ, ਉਹ ਤੇਰੇ ਗਲ ਲੱਗ ਜਾਊਗਾ, ਉਹ ਸਭ ਕੁਛ ਭੁੱਲ ਜਾਊਗਾ। ਉਹਨੂੰ ਫਿਰ ਵਡਿਆ ਕੇ ਪੁੱਛ ਵੀ ਤੂੰ ਮਰਨ ਵਾਸਤੇ ਦੋ ਵਾਰੀ ਕੁੱਟ ਖਾ ਕੇ ਤਾਂ ਨੱਠ ਗਿਆ ਸੀ, ਇਹ ਜਿਹੜਾ ਤੀਸਰੀ ਵਾਰ ਆਇਆ ਸੀ ਕਿਉਂ ਆਇਆ ਸੀ? ਕਹਿੰਦੀ ਉਹਨੇ ਦੱਸ ਦੇਣਾ ਵੀ ਮੈਨੂੰ ਤਾਂ ਫਲਾਣੇ ਨੇ ਭੇਜਿਆ। ਤੂੰ ਪਹਿਲਾਂ ਉਹਨੂੰ ਚੰਡ ਜਾ ਕੇ ਮੁੜ ਕੇ ਇਹਦੇ ਨਾਲ ਜੋ ਮਰਜ਼ੀ ਕਰ ਲਈ, ਜੋ ਹੋਰ ਕਰਨਾ, ਤੂੰ ਆਪ ਮਰੇਗਾ, ਤੇ ਤੋਂ ਕੱਖ ਵੀ ਨਹੀਂ ਹੋਣਾ। ਕਹਿੰਦਾ ਇਹ ਕੈਰਾਂ ਦਾ ਕੰਮ ਹੈ ਨੀਤੀ ਪੜ੍ਹਨੀ, ਆਪਣੀ ਨੀਤੀ ਨੂੰ ਸੰਭਾਲ ਕੇ ਰੱਖ। ਕਹਿੰਦਾ ਮੈਂ ਦੇਖ ਲੂੰਗਾ ਜਿਹੜਾ ਹੋਰ ਵੀ ਆਊਗਾ। ਜੰਗ ਹੋਣ ਲੱਗਿਆ, ਹੁਣ ਰਾਮ ਚੰਦਰ ਜੀ ਦੇ ਸਾਹਮਣੇ ਇੱਕ ਬੜੀ ਮੁਸੀਬਤ ਸੀ ਵੀ ਜੇ ਤਾਂ ਸਾਹਮਣੇ ਹੁੰਦਾ ਤਾਂ ਅੱਧੀ ਤਾਕਤ ਉਹਦੀ ਆ ਜਾਂਦੀ ਹੈ, ਉਹਦੀ ਫੇਰ ਬਾਕੀ ਰਹਿ ਜਾਂਦੀ ਹੈ, ਵਰਦਾਨ ਪ੍ਰਾਪਤ ਹੈ। ਅਤੇ ਉਹਨੇ ਰਾਮ ਚੰਦਰ ਜੀ ਨੇ ਮਾਰਿਆ ਤੀਰ, ਹੈੱਕ ਪਾੜ ਕੇ ਰੱਖ ਦਿੱਤੀ ਉੱਥੇ। ਫਿਰ ਕੁਰਲਾ ਕੇ ਕਹਿੰਦਾ ਸਾਹਮਣੇ ਤਾਂ ਆਓ, ਕੈਰਾ ਕੌਣ ਹੈ ਤੂੰ? ਉਹ ਬੁਝਦਲਾ ਬੜੀਆਂ ਬਸ ਗਾਲਾਂ ਹੀ ਨਹੀਂ ਕੱਢੀਆਂ ਇੱਕ। ਰਾਮ ਚੰਦਰ ਜੀ ਸਾਹਮਣੇ ਆ ਕੇ ਕਹਿੰਦੇ ਮੈਂ ਦਸ਼ਰਥ ਨੰਦਨ ਰਾਮ। ਕਹਿੰਦੇ ਤੂੰ ਇਹੋ ਜਿਹਾ ਨਿਤਾਣਾ ਬੰਦਾ ਜਿਹਦੇ ਘਰ ਵਾਲੇ ਨੂੰ ਚੱਕ ਕੇ ਲੈ ਗਿਆ ਰਾਵਣ, ਬੜੇ ਮਿਹਣੇ ਮਾਰੇ। ਕਹਿੰਦਾ ਤੂੰ ਸੂਰਮਾ ਨਹੀਂ ਹੈ, ਤੂੰ ਕਹਿ ਰਹੇ, ਤੂੰ ਰਘੂਕੁਲ ਨੂੰ ਲਾਜ ਲਾ ਦਿੱਤੀ। ਅਤੇ ਕਹਿਣ ਲੱਗਾ ਮੈਨੂੰ ਇਹ ਦੱਸ ਵੀ ਜਦੋਂ ਕੋਈ ਇਹ ਪ੍ਰਸੰਗ ਪੜੂਗਾ ਤੇਰਾ ਅਤੇ ਮੇਰਾ, ਤਾਂ ਉਸ ਵੇਲੇ ਕੀ ਬਣੂਗਾ ਤੇਰਾ? ਵੀ ਭਗਵਾਨ ਕਹਾਉਣ ਵਾਲਿਆ ਕਹਿੰਦਾ ਤੂੰ ਲੋਕੇ ਤੀਰ ਮਾਰਿਆ, ਤੂੰ ਸੂਰਮਾ ਸੀ ਸਾਹਮਣੇ ਆਉਂਦਾ। ਅਤੇ ਉੱਥੇ ਉਹ ਕਹਿੰਦਾ ਧਰਮ ਹੇਤ ਅਵਤਰਿਓ ਗੁਸਾਈ, ਮਾਰਿਓ ਮੋਹੇ ਵਿਆਧ ਕੀ ਨਾਈ, ਮੈਨੂੰ ਤਾਂ ਮਾਰਿਆ ਜਿਵੇਂ ਸ਼ਿਕਾਰ ਮਾਰੀਦਾ ਨੀਵਾਂ ਹੋ ਕੇ। ਮੈਂ ਬੈਰੀ ਸਗਰੀਬ ਪਿਆਰਾ, ਅਵਗਨ ਕੌਣ ਨਾਥ ਬੋਹੇ ਮਾਰਾ, ਮੈਨੂੰ ਮਾਰਿਆ ਕਿਹੜੀ ਵੈਰ ਮੈਣ ਦੇ ਬੋਲ ਨੇ? ਤਾਂ ਉੱਥੇ ਰਾਮ ਚੰਦਰ ਨੇ ਫਿਰ ਪੂਰਾ ਜਵਾਬ ਦਿੱਤਾ, ਕਹਿੰਦੇ ਦੇਖ ਵੀ ਚਾਰ ਔਰਤਾਂ ਐਸੀਆਂ ਨੇ ਜਿਹੜਾ ਇਹਨਾਂ ਦੇ ਉੱਤੇ ਹੱਥ ਉਠਾ ਲਵੇ, ਜਿਹੜਾ ਇਹਨਾਂ ਦੀ ਬੇਇੱਜ਼ਤੀ ਕਰ ਦੇਵੇ, ਜਿਹੜਾ ਇਹਨਾਂ ਦੇ ਨਾਲ ਵਿਵਚਾਰ ਕਰਨ ਦੀ ਸੋਚੇ, ਉਹਨੂੰ ਕਿਸੇ ਤਰੀਕੇ ਨਾਲ ਮਾਰ ਦਿਓ, ਕੋਈ ਪਾਪ ਨਹੀਂ ਹੈ। ਇਸ ਕਰਕੇ ਮੈਂ ਲੋਕੇ ਵੀ ਮਾਰਿਆ, ਮੈਂ ਤਾਂ ਵੀ ਪਾਪ ਨਹੀਂ ਕੀਤਾ, ਤਾਂ ਵੀ ਪੁੰਨ ਕੀਤਾ। ਅਤੇ ਉਸ ਵੇਲੇ ਉਹ ਚਾਰੇ ਔਰਤਾਂ ਦੇ ਵੇਲੇ, ਚਲੋ ਆਪਣਾ ਤਾਂ ਦ੍ਰਿਸ਼ਟਾਂਤ ਦੇਣਾ ਸੀ ਆਪਾਂ ਨੇ, ਕਹਿਣ ਲੱਗੇ ਇਸ ਕਰਕੇ ਆਹ ਤੇਰਾ ਅਪਰਾਧ ਹੈ, ਛੋਟੇ ਭਰਾ ਦੇ ਘਰ ਵਾਲੀ ਧੀ ਦੀ ਨਿਆਈ ਹੁੰਦੀ ਹੈ, ਤੇ ਤੂੰ ਇਹ ਪਾਪ ਕੀਤਾ ਹੈ, ਤੇ ਇਸ ਕਰਕੇ ਤੈਨੂੰ ਇਹਦਾ ਠਣ ਦਿੱਤਾ ਹੈ। ਚਲੋ ਫਿਰ ਉਹਨੂੰ ਅਕਲ ਵੀ ਆ ਗਈ। ਉਦੋਂ ਬਾਅਦ ਉਹਨੂੰ ਕਿਹਾ ਵੀ ਇਹਦਾ ਤੀਰ ਕੱਢ ਹਨੂੰਮਾਨ ਨੂੰ। ਤੀਰ ਕੱਢਿਆ ਉਹਨੇ, ਅਤੇ ਕਹਿਣ ਲੱਗੇ ਜਦੋਂ ਉਹਨੇ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਜੀ, ਮੈਂ ਮਹਿਸੂਸ ਕਰਦਾ ਮੈਂ ਆਪਣੇ ਭਰਾ ਦੇ ਨਾਲ ਬਹੁਤ ਬੁਰਾ ਕੀਤਾ। ਉਹ ਕਹਿੰਦੇ ਮੈਂ ਤਾਂ ਬੁਰਾਈ ਮਾਰਨੀ ਸੀ, ਜੇ ਜਿਉਂਦਾ ਜਿਉਂਦਾ ਮਾਰ ਲੈਂਦਾ ਵੀ ਤੈਨੂੰ ਮਾਰਨਾ ਹੀ ਨਹੀਂ ਸੀ, ਹੁਣ ਤੇਰੇ ਵਿੱਚੋਂ ਬੁਰਾਈ ਮਰ ਗਈ। ਰਾਮ ਜੀ ਕਹਿੰਦੇ ਦੱਸ ਹੁਣ ਕਿੰਨਾ ਚਿਰ ਜਿਉਣਾ ਚਾਹੁੰਦਾ, ਹੁਣ ਤੈਨੂੰ ਮਰਨ 'ਤੇ ਬਚਾਊ, ਪਹਿਲਾਂ ਤੈਨੂੰ ਮਾਰਨ ਲੱਗਿਆ ਸੀ ਹੁਣ ਤੈਨੂੰ ਮਰਨ 'ਤੇ ਬਚਾਊ, ਬੋਲ ਕਿੰਨੇ ਚਿਰ ਦੀ ਉਮਰ ਚਾਹੀਦੀ ਤੈਨੂੰ ਦੇ ਦਿਆਂ। ਬੜੇ ਸੋਹਣੇ ਬੋਲ ਨੇ ਫਿਰ ਉਹਦੇ, ਕਹਿੰਦਾ ਜੀ ਆਹ ਜਿਹੜੀ ਮੌਤ ਮੈਨੂੰ ਮਿਲੀ ਹੈ ਕਿਤੇ ਜੁੱਗਾਂ ਬਾਅਦ ਕਿਸੇ ਦੇ ਨਸੀਬ ਆਉਂਦੀ ਹੈ, ਹੁਣ ਮੈਂ ਸਮਾਂ ਹੱਥੋਂ ਨਹੀਂ ਗਵਾਉਣਾ ਚਾਹੁੰਦਾ। ਜਿਹੜਾ ਅਵਤਾਰ ਦੇ ਹੱਥੋਂ ਮਰਦਾ ਉਹਨੂੰ ਜਪ ਤਪ ਕਰਨ ਦੀ ਲੋੜ ਨਹੀਂ, ਮੁਕਤੀ ਹੋ ਜਾਂਦੀ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜੇ ਮੈਂ ਚਾਹੁੰਦਾ ਨਲੈਕਾ ਤੀਰ ਤੇਰੀ ਹਿੱਕ 'ਚ ਮਾਰ ਦਿੰਦਾ, ਕਹਿੰਦੇ ਪਰ ਮਾਰਿਆ ਇਸ ਕਰਕੇ ਵੀ ਤੇਰੀ ਕਲਿਆਣ ਹੋ ਜਾਣੀ ਸੀ।
ਇਸ ਕਰਕੇ ਨਹੀਂ ਮਾਰਿਆ। ਜਿਹਨਾਂ ਨੂੰ ਨਰਕਾਂ 'ਚ ਸੁੱਟਣਾ ਸੀ ਮਹਾਰਾਜੇ ਨੂੰ, ਉਹਨਾਂ ਦੇ ਤੀਰੇ ਨਹੀਂ ਮਾਰਿਆ ਮਹਾਰਾਜੇ ਨੇ, ਕਹਿੰਦੇ ਨੇ ਇਹ ਨਰਕਾਂ 'ਚ ਜਾਣ। ਜਿਹਨਾਂ ਦੀ ਕਲਿਆਣ ਕਿਰਨੀ ਸੀ ਉਹ ਚਾਹੇ ਸਾਹੀ ਦੀ ਜੋਨ ਪਿਆ ਸੀ ਤਾਂ ਵੀ ਕਲਿਆਣ ਕਰਤੀ ਜਾ ਕੇ, ਗੁਰੂ ਤਾਰਨਹਾਰ ਹੈ। ਤੋ ਇਸ ਕਰਕੇ ਨੀਤੀ ਕਹਿੰਦੀ ਹੈ ਵੀ ਜਿਹੜਾ ਜਿਹੜੀ ਸ਼ਕਤੀ ਦੇ ਸਿਰ ਦੇ ਉੱਤੇ ਕਾਮਯਾਬੀ ਉਹ ਸ਼ਕਤੀ ਕੀ ਹੈ। ਮੁਗਲ ਨੇ ਸੋਚਿਆ ਵੀ ਸਿੱਖਾਂ ਦੇ ਵਿੱਚ ਸ਼ਕਤੀ ਕੀ ਹੈ, ਇਹ ਉਹਨੇ ਨੀਤੀ ਦੀ ਗੱਲ ਸੋਚੀ। ਮੈਂ ਉਸ ਵੇਲੇ ਜਦੋਂ 71-72 ਦੇ ਵਿੱਚ ਪੜ੍ਹਿਆ ਨਾ ਇਹ, ਉਦੋਂ ਮੇਰੇ ਬਹੁਤੀ ਸਮਝ ਨਹੀਂ ਸੀ ਆਈ ਇਹ ਗੱਲ। ਉਦੋਂ ਸਿਰਫ ਇੰਨੀ ਕਿ ਆਈ ਵੀ ਉਹਦੇ 'ਚ ਸਿੱਖਾਂ ਦੀ ਏਕਤਾ ਵਾਲੀ ਗੱਲ ਬਹੁਤ ਵਧੀਆ ਮਿਲਦੀ ਹੈ, ਮੈਂ ਉਹ ਕਰਕੇ ਸੁਣਾਉਂਦਾ ਰਿਹਾ, ਪਰ ਵਿੱਚੋਂ ਦੇਖਿਆ ਵੀ ਇਹ ਤਾਂ ਸਿਧਾਂਤ ਆ ਸੀ। ਅਤੇ ਉਸ ਵੇਲੇ ਕਹਿਣ ਲੱਗੇ ਜੀ ਹੁਣ ਇਹਦਾ ਕੀ ਪਤਾ ਚੱਲੂਗਾ, ਇਹਦਾ ਤਾਂ ਨਹੀਂ ਪਤਾ ਚੱਲ ਸਕਦਾ, ਨਾ ਤਾਂ ਕੋਈ ਆਪਣੇ 'ਚ ਅੰਤਰਜਾਮੀ ਹੈ ਜਿਹੜਾ ਸਿੱਖਾਂ ਦੀ ਸ਼ਕਤੀ ਦੇਖ ਲਵੇ, ਅਤੇ ਨਾ ਇਹਦਾ ਕੋਈ ਜੋਤ ਸਾਹਿਬ ਵੀ ਨਜ਼ੂਮੀਆਂ ਦੱਸ ਦੂਗਾ ਵੀ ਇਹ ਕਿਵੇਂ ਹੋਊਗਾ। ਕਹਿੰਦਾ ਨਹੀਂ, ਤੁਸੀਂ ਇਸ ਤਰ੍ਹਾਂ ਕਰੋ, ਮੇਰੀ ਰਾਜਧਾਨੀ ਤੋਂ 100 ਕੋਹਾਂ ਇੱਧਰ ਨੂੰ ਚਲੇ ਜਾਓ, 100 ਕੋਹਾਂ ਵਿਚਾਲੇ ਨਹੀਂ, 100 ਕੋਹਾਂ ਟੱਪ ਜਿਓ, 4 ਬੰਦੇ ਜਾਓ ਜਾਂ 2-2 ਜਾਓ, 4-4 ਜਾਓ, ਪੂਰਬ ਪੱਛਮ ਉੱਤਰ ਦੱਖਣ 100-100 ਕੋਹਾਂ ਤੋਂ ਪਰੇ ਜਾ ਕੇ ਜਿਹੜਾ ਵੀ ਸਿੱਖ ਮਿਲ ਗਿਆ ਬਾਣੇ ਵਾਲਾ ਉਹ ਸਿੱਖ ਗ੍ਰਿਫਤਾਰ ਕਰ ਲਓ। ਦੇਖੋ ਨੀਤੀ ਦੇਖੋ ਕੈਸੀ ਹੈ ਇਹਨਾਂ ਲੋਕਾਂ ਦੀ, ਗ੍ਰਿਫਤਾਰ ਕਰ ਲਓ, ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਲਿਆ ਕੇ ਛੱਡ। ਕਹਿੰਦੇ ਜੀ ਠੀਕ ਹੈ। ਇਹਨਾਂ ਨੇ ਪੂਰਬ ਤੋਂ ਜਾ ਕੇ ਸੇਵਾ ਸਿੰਘ ਹੈ, ਅੱਛਾ ਤੂੰ ਕਦੋਂ ਪਹੁੰਚ ਗਿਆ, ਅਤੇ 100 ਕੋਹਾਂ 'ਤੇ ਜਾ ਕੇ ਉਹਨੇ ਇੱਕ ਸਿੱਖ ਫੜਿਆ ਅਤੇ ਸਿੱਖ ਦੀ ਹੱਥਕੜੀਆਂ ਲਾ ਲਈਆਂ। ਪਰ ਸੋਹਲੇ ਗਾਉਂਦਾ ਆਉਂਦਾ ਕੋਈ ਫਰਕ ਹੀ ਨਹੀਂ, ਉਹ ਗ੍ਰਿਫਤਾਰ ਕਰਨ ਵਾਲੇ ਕੇ ਕਹਿੰਦਾ ਅਜੀਬ ਕਿਸਮ ਦਾ ਬੰਦਾ ਤੂੰ, ਤੈਨੂੰ ਅਸੀਂ ਗ੍ਰਿਫਤਾਰ ਕੀਤਾ ਤੈਂ ਇਹ ਵੀ ਨਹੀਂ ਪੁੱਛਿਆ ਵੀ ਕਿਉਂ। ਕਹਿੰਦਾ ਕਿਉਂ ਪੁੱਛਾਂ, ਮੈਨੂੰ ਪੁੱਛਣ ਦੀ ਲੋੜ ਹੀ ਨਹੀਂ, ਮੈਨੂੰ ਮੇਰੇ ਗੁਰੂ ਨੇ ਠੀਕ ਥਾਂ 'ਤੇ ਭੇਜਣਾ ਹੋਊਗਾ ਕਿਤੇ। ਦੇਖੋ ਭਰੋਸਾ ਗੁਰੂ ਦੇ ਉੱਤੇ, ਮੈਂ ਗੁਰੂ ਦੇ ਕੀਤੇ ਹੋਏ 'ਚ ਕੋਈ ਕਿੰਤੂ ਥੋੜ੍ਹੀ ਕਰਨਾ, ਤੁਸੀਂ ਥੋੜ੍ਹੀ ਫੜਿਆ, ਤਾਂ ਗੁਰੂ ਦੇ ਹੁਕਮ 'ਚ ਹੈ, ਅਕਾਲ ਪੁਰਖ ਦਾ ਹੁਕਮ ਆ ਗਿਆ, ਮੈਂ ਚਲਿਆ ਗਿਆ। ਰੋਜ਼ ਪੜ੍ਹਦੇ ਹਾਂ ਬੰਦ ਖਲਾਸੀ ਭਾਣੇ ਹੋਏ, ਭਾਣੇ ਤੋਂ ਬਾਹਰ ਥੋੜ੍ਹੀ ਹੈ, ਬੰਦਿਸ਼ ਪੈ ਜਾ, ਜਦੋਂ ਖਲਾਸੀ ਹੋਣੀ ਹੋ ਗਈ ਫਿਰ ਵੀ ਭਾਣਾ ਵਰਤੂ। ਵਾਹਿਗੁਰੂ 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 ਕਹਿੰਦਾ ਆ ਰਿਹਾ, ਜੇਲ੍ਹ ਦੇ ਵੀ ਛੱਡ ਦਿੱਤਾ। ਤਾਂ ਉਹਨੇ ਆਪਣੇ ਗੁਪਤਚਰ ਲਾਏ ਹੋਏ ਨੇ ਵੀ ਸਿੱਖ ਜੋ ਗੱਲ ਕਰਦਾ, ਜਿਵੇਂ ਸੁਣਦਾ, ਜੋ ਖਾਂਦਾ, ਜਿਵੇਂ ਪੈਂਦਾ, ਇਹਦਾ ਸਾਰਾ ਕੁਛ ਜਿਹੜਾ ਰਿਕਾਰਡ ਬਣਾਓ, ਫਾਈਲ ਬਣਾਉਣੀ ਸੀ। ਫਾਈਲ ਸ਼ੁਰੂ ਹੋ ਗਈ ਉੱਥੋਂ ਜਿੱਥੋਂ ਗ੍ਰਿਫਤਾਰ ਕੀਤਾ। ਹੁਣ ਪੂਰਬ ਵਾਲਾ ਲੈ ਕੇ ਆ ਗਿਆ ਜੇਲ੍ਹ ਖਾਨੇ 'ਚ, ਆ ਗਿਆ ਇਹਨਾਂ ਨੂੰ ਪੱਛਮ ਵਾਲਾ ਆ ਗਿਆ। ਉਹਨੂੰ ਜਦੋਂ ਜੇਲ੍ਹ ਸਿੱਟਿਆ, ਨਾ ਉਹ ਸਿੱਖ ਸਿੱਖ ਨੂੰ ਜਾਣਦਾ, ਨਾ ਕਦੇ ਮਿਲੇ, ਨਾ ਦਾ ਪਤਾ ਤੂੰ ਕੌਣ ਹੈ, ਨਾ ਪਿੰਡ ਦਾ ਪਤਾ ਹੈ, ਨਾ ਕੋਈ ਪਤਾ ਨਹੀਂ ਕਿੱਥੋਂ ਹੈ। ਜਦ ਦੇਖਿਆ ਸਿੱਖ ਨੂੰ, ਸਿੱਖ ਨੱਠ ਨੱਠ ਕੇ ਜੱਫੀਆਂ ਪਾ ਰਹੀਆਂ, ਜਕਾਰੇ ਛੱਡੇ, ਕਹਿੰਦੇ ਵੀ ਗੁਰੂ ਨੇ ਕਿਰਪਾ ਹੀ ਕਰ ਦਿੱਤੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿੱਡੀ ਮਿਹਰ ਕੀਤੀ ਹੈ, ਮੈਂ ਤਾਂ ਸੋਚਿਆ ਸੀ ਵੀ ਇਕੱਲਾ ਹੀ ਆ। ਲੈ ਕਹਿੰਦੇ ਹੁਣ ਜੇਲ੍ਹ ਕਾਹਦੀ ਰਹਿ ਗਈ, ਹੁਣ ਤਾਂ ਬੈਕੁੰਠੇ ਬਣ ਗਿਆ, ਸਿੱਖ ਦੇ ਦਰਸ਼ਨ ਹੋ ਗਏ। ਸਿੱਖ ਨੂੰ ਸਿੱਖ ਮਿਲ ਕੇ ਇੰਨੀ ਖੁਸ਼ੀ ਜ਼ਾਹਰ ਕਰਦਾ ਸੀ ਉਸ ਵੇਲੇ, ਸਿੱਖ ਨੂੰ ਸਿੱਖ ਫਤਿਹ ਬੁਲਾਉਣ ਦੇ ਵਿੱਚ ਇੱਕ ਮਾਣ ਮਹਿਸੂਸ ਕਰਦਾ ਸੀ। ਚਾਰ ਮਿਲੇ, ਚਾਰ ਕਿਹੜੇ, ਦੋਨੇ ਨੇਤਰ, ਅਤੇ ਦੋਨੇ ਨੇਤਰ ਦੂਸਰੇ ਦੇ, ਜਿਹੜਾ ਦ੍ਰਿਸ਼ਟੀ 'ਚ ਆਇਆ ਸਿੱਖ, ਨੇਤਰਾਂ ਦਾ ਨੇਤਰਾਂ ਦੇ ਨਾਲ ਮਿਲਾਪ ਹੋਇਆ, ਜਾਣੀ ਨੇਤਰਾਂ ਨੇ ਦੇਖਿਆ ਵੀ ਇੱਕ ਸਿੱਖ ਆ ਰਿਹਾ, ਗੁਰੂ ਗੋਬਿੰਦ ਸਿੰਘ ਦਾ ਰੂਪ ਆ ਰਿਹਾ, ਉਹਨੇ ਵੀ ਦੂਸਰੇ ਨੇ ਦੇਖਿਆ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਖੜ੍ਹਾ ਹੈ। ਚਾਰ ਮਿਲੇ 64 ਸਿਖੇਲੇ, ਦੋਨੇ ਨੇਤਰ ਮਿਲੇ, 2 ਅਤੇ 2 4 ਹੋ ਗਏ, 64 ਸਿਕਾਉਣ ਮਿਲੇ, 32 ਦੰਦ ਨੇ ਭਾਈ, ਜਿਹਨੂੰ ਕੈਲਸ਼ੀਅਮ ਦੀ ਘਾਟ ਹੋਵੇ ਉਹਦੇ ਤਾਂ 28-29 ਵੀ ਰਹਿ ਜਾਂਦੇ ਆ, ਕਈ ਵਾਰੀ 30 ਹੁੰਦੇ ਆ, ਕਈਆਂ ਦੇ 32 ਤੋਂ ਵੀ 2-2 ਹੋਰ ਵੱਖਰੇ ਵੀ ਹੋ ਜਾਂਦੇ ਆ ਜੇ ਕੈਲਸ਼ੀਅਮ ਜ਼ਿਆਦਾ ਹੋਵੇ, ਵਧੀ ਇਹ ਹੈ ਕੈਲਸ਼ੀਅਮ ਦੇ, ਪਰ ਦਰਮਿਆਨੀ ਗਿਣਤੀ 32 ਹੈ। ਜੈਸੇ 30-32, ਇਹ 30 ਅਤੇ 32 ਉਹ ਤਰ੍ਹਾਂ ਦੀ ਤਾਂ ਲੱਗੀ ਹੈ। ਕਾਤੀ 30-32 ਲਿਖਿਆ ਨਾ ਗੁਰੂ ਗ੍ਰੰਥ ਸਾਹਿਬ 'ਚ। ਚਾਰ ਮਿਲੇ 64 ਸਿਖੇਲੇ, ਖੇਲੇ ਨਾ ਮੈਂ ਖਿੜ ਜਾਣ ਦਾ, ਇੱਕ ਸਿੱਖ ਦਾ ਮੂੰਹ ਖੁੱਲਿਆ, ਕਾਹਦੇ ਵਾਸਤੇ ਖੁੱਲਿਆ, ਕੁਛ ਖਾਣ ਵਾਸਤੇ ਨਹੀਂ,
ਸਿੱਖ ਦੇ ਸਵਾਗਤ ਵਿੱਚ ਖੁੱਲਿਆ ਤੇ ਜਦੋਂ ਇੱਕ ਦਾ ਖੁੱਲਿਆ ਦੂਜੇ ਦਾ ਨਾਲ ਹੀ ਖੁੱਲ ਗਿਆ, ਜਦੋਂ ਮੂੰਹ ਖੁੱਲਿਆ ਤੇ ਦੰਦਾਂ ਦੇ ਦਰਸ਼ਨ ਹੋਣ ਲੱਗ ਗਏ। ਦੰਦ ਅਨਾਰ ਦੇ ਦਾਣਿਆਂ ਵਾਂਗੂ ਖਿੜੇ ਹੋਏ ਦਿਸਦੇ ਨੇ ਜਿਵੇਂ ਫੁੱਲ ਖਿੜਿਆ। ਚਾਰ ਮਿਲੇ ਚੌਂਟਸ ਖਿਲੇ, ਬੀਸ ਮਿਲੇ ਕਰ ਜੋਰ। ਵੀਹ ਕੌਣ? ਸਾਧ ਜੀ ਪੰਜ ਤੇ ਪੰਜ ਦਸ ਹੋ ਗਏ। ਇੱਕ ਨੇ ਹੱਥ ਜੋੜ ਲਏ ਸਿੱਖ ਦੇ ਅੱਗੇ, ਗੁਰੂ ਗੋਬਿੰਦ ਸਿੰਘ ਜਾਣ ਕੇ, ਗੁਰੂ ਗੋਬਿੰਦ ਸਿੰਘ ਦਾ ਚਿਹਰਾ ਜਾਣ ਕੇ, ਤੇ ਉਧਰ ਉਹਨੇ ਵੀ ਹੱਥ ਜੋੜ ਲਏ। ਵੀਹ ਹੋ ਗਏ ਨਾ, ਦਸ ਤੇ ਦਸ ਵੀਹ। ਬੀਸ ਮਿਲੇ ਕਰ ਜੋਰ, ਕਰ ਹੱਥਾਂ ਦਾ ਹੱਥ ਜੋੜ ਲਏ। ਕਹਿੰਦੇ ਗੁਰਮੁਖ ਸਿਓ ਗੁਰਮੁਖ ਮਿਲੇ, ਪੁਲਕਤ ਸਾਤ ਕਰੋੜ। ਪੁਲਕਾਵਲੀ ਰੋਮਾਂ ਦਾ ਖੜੇ ਹੋਣਾ, ਸਾਢੇ ਤਿੰਨ ਕਰੋੜ ਇੱਕ ਜਿਸਮ ਦੇ ਰੋਮ, ਪੁਰਾਤਨ ਗਿਣਤੀ ਹੈ ਰਿਸ਼ੀਆਂ ਮੁਨੀਆਂ ਦੀ, ਜਿਨ੍ਹਾਂ ਨੇ ਸੁਣਿਆ ਯੋਗ ਜੁਗਤ ਤਾਨ ਭੇਦ, ਜਿਨ੍ਹਾਂ ਨੇ ਨਾਮ ਦੀ ਬਰਕਤ ਨਾਲ ਤਨ ਦੇ ਭੇਦ ਜਾਣੇ, ਉਹਨਾਂ ਦੀ ਗਿਣਤੀ ਹੈ ਇਹ, ਵਿਗਿਆਨੀਆਂ ਦੀ ਨਹੀਂ। ਸਾਢੇ ਤਿੰਨ ਕਰੋੜ ਇੱਕ ਦੇ ਰੋਮ, ਸਾਢੇ ਤਿੰਨ ਕਰੋੜ ਦੂਜੇ, ਸੱਤ ਕਰੋੜ ਹੋ ਗਏ ਨੇ। ਪੁਲਕਤ ਪੁਲਕਾਵਲੀ ਆ ਗਈ, ਇੰਨੀ ਖੁਸ਼ੀ ਹੋਈ ਕਿ ਸੱਤ ਕਰੋੜ ਰੋਮ ਜਿਹੜੇ ਨੇ ਉਹ ਖੜੇ ਹੋ ਗਏ ਸਿੱਖ ਨੂੰ ਸਿੱਖ ਮਿਲ ਕੇ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਬਚਨ ਹੈ, ਕਹਿੰਦੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ, ਕਹਿੰਦੇ ਤਿਆਰ ਪਰ ਤਿਆਰ ਕਿਤੇ ਇੱਕ ਸਿੰਘ ਮਿਲ ਜਾਏ ਨਾ, ਕਹਿੰਦੇ ਬਸ ਉਹਨੂੰ ਫਤਿਹ ਬੁਲਾ ਲਈਏ। ਕਹਿੰਦੇ ਅੱਠ ਪੈਰ ਰੋਟੀ ਚਾਹੇ ਮਿਲੇ ਚਾਹੇ ਨਾ ਮਿਲੇ, ਅੱਠ ਪੈਰ ਦੀ ਖੁਰਾਕ ਹੀ ਮਿਲ ਗਈ ਕਹਿੰਦੇ ਇੱਕ ਸਿੱਖ ਨੂੰ ਵੀ, ਗੁਰੂ ਗੋਬਿੰਦ ਸਿੰਘ ਸਾਹਿਬ। ਐਡੀ ਭਾਵਨਾ ਮਹਾਂਪੁਰਖਾਂ ਦੀ ਸਿੱਖ ਦੇ ਉੱਤੇ ਸੀ। ਪੰਜ ਸਿੰਘ ਤਿਆਰ ਪਰ ਤਿਆਰ, ਜਿਨ੍ਹਾਂ 'ਚ ਭਾਈ ਗੁਰਨਾਮ ਸਿੰਘ, ਮੱਲ ਸਿੰਘ, ਇਹ ਦੋ ਦਾ ਤਾਂ ਮੇਰੇ ਨਾਂ ਚੇਤੇ, ਤਿੰਨ ਦਾ ਮੇਰੇ ਨਾਂ ਨਹੀਂ ਚੇਤੇ, ਇਹਨਾਂ ਨੂੰ ਫਰਲੇ ਵਾਲੇ ਨਿਹੰਗ ਸਿੰਘ ਬਿਹੰਗਮਾਂ ਨੂੰ ਤਿਆਰ ਪਰ ਤਿਆਰ ਬਾਣਾ ਪਵਾ ਕੇ ਜਥੇ 'ਚ ਰੱਖਿਆ ਹੋਇਆ ਸੀ ਵੀ ਤੁਸੀਂ ਇਕੱਲੀ ਬਾਣੀ ਪੜ੍ਹਨੀ ਹੈ, ਨਾਮ ਜਪਣਾ, ਤੁਹਾਡੀ ਕੋਈ ਵੀ ਹੋਰ ਜ਼ਿੰਮੇਵਾਰੀ ਨਹੀਂ, ਤੁਸੀਂ ਹਰ ਵੇਲੇ ਬਾਣੀ ਪੜ੍ਹਦੇ ਰਹੋ। ਮੈਂ ਜਦੋਂ ਨਿਤਨੇਮ 'ਤੇ ਵਿਹਲਾ ਹੋਵਾਂ ਅਤੇ ਜਦੋਂ ਮੈਂ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨੇ ਚਾਹਾਂ, ਅਤੇ ਉਸ ਵੇਲੇ ਮੈਂ ਤੁਹਾਨੂੰ ਫਤਿਹ ਬੁਲਾਉਣ ਆਇਆ ਕਰੂੰਗਾ। ਮਹਾਂਪੁਰਖ ਕਹਿੰਦੇ ਪੰਜਾਂ ਦੇ ਅੱਗੇ ਹੱਥ ਜੋੜ ਕੇ ਸੰਤਾਂ ਨੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਕਹਿੰਦੇ ਇਹ ਬਾਪੂ ਦੇ ਬਚਨ ਭਾਵਨਾ ਹੈ। ਅਤੇ ਸਿੱਖ ਨੂੰ ਸਿੱਖ ਮਿਲਿਆ, ਬਹੁਤ ਖੁਸ਼ ਹੋਏ। ਕਹਿੰਦੇ ਵੀ ਹੁਣ ਇਹ ਨਹੀਂ ਪੁੱਛਿਆ ਵੀ ਆਪਾਂ ਨੂੰ ਕਿਉਂ ਫੜਿਆ, ਕਦੋਂ ਕੁ ਤੱਕ ਫੜੇ ਨੂੰ ਹੋ ਗਏ, ਕੀ ਹੋਊਗਾ, ਚਿੰਤਾ ਹੀ ਨਹੀਂ ਹੈ। ਇੰਨੇ ਨੂੰ ਤੀਸਰਾ ਆ ਗਿਆ, ਜਾਂ ਤੀਸਰਾ ਆਇਆ ਫਿਰ ਹੋਰ ਜ਼ਿਆਦਾ ਖੁਸ਼ ਹੋ ਗਏ। ਕਹਿੰਦੇ ਵੀ ਹੁਣ ਤਾਂ ਪਤਾ ਨਹੀਂ ਹੋਰ ਕਿੰਨੀ ਕਿਰਪਾ ਹੋਣੀ ਆ। ਕਹਿੰਦੇ ਪੰਥ ਦੇ 'ਚ ਵਾਧਾ ਹੀ ਹੁੰਦਾ ਜਾ ਰਿਹਾ, ਜੇਲ੍ਹ ਦੇ ਵਿੱਚ ਬੈਠਾ ਪੰਥ, ਕਹਿੰਦੇ ਪੰਥ 'ਚ ਵਾਧਾ ਹੁੰਦਾ ਜਾ ਰਿਹਾ, ਕਿਉਂਕਿ ਜਦੋਂ ਆਪਾਂ ਇਕੱਠੇ ਹੋ ਗਏ ਫਿਰ ਤਾਂ ਜੇਲ੍ਹ ਜੂਲ ਤੋੜਨੀ ਵੀ ਸੌਖੀ ਹੋਈ ਹੈ, ਕੋਈ ਬਾਤ ਨਹੀਂ, ਕੋਈ ਸਕੀਮ ਕਰਾਂਗੇ ਵੀ ਕੀ ਹੈ ਇਹਨਾਂ ਨੇ ਫੜਿਆ ਫੜਿਆ ਕਿਉਂ ਹੈ। ਇੰਨੇ ਨੂੰ ਚੌਥਾ ਵੀ ਆ ਗਿਆ, ਹੁਣ ਉਹਦੇ ਸੀ ਆਈ ਡੀ ਰਿਪੋਰਟ ਲਿਖ ਰਹੀ ਹੈ ਸਾਰੀ, ਉਹਦੇ ਕੋਲ ਨਿੱਤ ਦੀ ਡਾਇਰੀ ਜਾ ਰਹੀ ਹੈ। ਅਖੇ ਜੀ ਜਿਹੜਾ ਪਹਿਲਾਂ ਫੜ ਕੇ ਲਿਆਂਦਾ ਸੀ ਤਾਂ ਖੁਸ਼ ਬੜਾ ਸੀ, ਇਕੱਲੇ ਹੀ ਬੜਾ ਖੁਸ਼ ਸੀ, ਜਦੋਂ ਇੱਕ ਹੋਰ ਮਿਲਿਆ ਉਦੋਂ ਤਾਂ ਖੁਸ਼ੀ ਦਾ ਹੀ ਅੰਤ ਨਹੀਂ ਰਿਹਾ। ਇਹ ਤਾਂ ਜੱਫੀਆਂ ਪਾ ਪਾ ਕੇ ਮੇਲੇ ਨੇ, ਮਾਂ ਜਾਏ ਵੀਰ ਮਿਲਦੇ ਹੁੰਦੇ ਨੇ। ਅਖੇ ਪਹਿਲਾਂ ਕੋਈ ਜਾਣ, ਕਹਿੰਦਾ ਕੋਈ ਜਾਣ ਪਛਾਣ ਨਹੀਂ ਸੀ, ਕੋਈ ਕਿਤੇ ਦਾ ਕੋਈ ਕਿਤੇ ਦਾ, ਚਾਰੇ ਜਣੇ ਐਂ ਬੈਠੇ ਕੀ ਕਰਦੇ ਨੇ। ਕਹਿੰਦੇ ਜੀ ਸਵੇਰੇ ਉੱਠਦੇ ਨੇ ਪਹਿਰ ਦੇ ਤੜਕੇ, ਚੌਂਕੜਾ ਮਾਰ ਕੇ ਬਹਿ ਜਾਂਦੇ ਨੇ, ਇੱਕ ਜਣਾ ਕਲਾਮ ਪੜ੍ਹੀ ਜਾਂਦਾ, ਦੂਜੇ ਸੁਣੀ ਜਾਂਦੇ ਨੇ, ਉਹ ਵੀ ਨਾਲ ਬੁੜਬੁੜ ਜੀ ਕਰਦੇ, ਸਾਡੀ ਸਮਝ ਸੁਮਝ ਤਾਂ ਆਉਂਦੀ ਨਹੀਂ ਹੈ। ਕਹਿੰਦੇ ਫਿਰ ਬਹੁਤ ਦੇਰ ਲੱਗੇ ਰਹਿੰਦੇ ਨੇ, ਪਹਿਰ ਲੱਗੇ ਰਹਿੰਦੇ ਨੇ, ਦੋ ਤਿੰਨ ਘੰਟੇ ਲੱਗੇ ਰਹਿੰਦੇ ਨੇ। ਫਿਰ ਉੱਠ ਕੇ ਉਹ ਜਿਵੇਂ ਆਪਾਂ ਸਿਜਦਾ ਕਰਦੇ ਹਾਂ ਵੀ ਉਸ ਤਰੀਕੇ ਦੇ ਨਾਲ, ਫਿਰ ਉਹ ਉੱਠ ਕੇ ਪਹਿਲਾਂ ਅਰਦਾਸ ਕਰਦੇ ਨੇ, ਫਿਰ ਧਰਤੀ 'ਤੇ ਮੱਥਾ ਟੇਕਦੇ, ਸਿਜਦਾ ਕਰਦੇ ਹੈ, ਉਦੋਂ ਬਾਅਦ ਫਿਰ ਵੀ ਉਹ ਦੁਨਿਆਵੀ ਗੱਲਾਂ ਨਹੀਂ ਕਰਦੇ। ਅਤੇ ਉਹਨਾਂ ਨੇ ਕਦੇ ਇਹ ਨਹੀਂ ਜ਼ਿਕਰ ਕਰਿਆ ਵੀ ਇਹ ਸਰਕਾਰ ਨੇ ਕਿਉਂ ਫੜ ਲਿਆ। ਕਹਿੰਦੇ ਨਾ, ਉਹ ਤਾਂ ਖੁਸ਼ ਬੜੇ ਨੇ। ਕਹਿੰਦੇ ਅੱਛਾ, ਉਹ ਨੋਟ ਕਰੀ ਜਾ ਰਿਹਾ ਸਰ। ਕਹਿੰਦਾ ਫਿਰ ਹੁਣ ਇਸ ਤਰ੍ਹਾਂ ਕਰੋ ਅਤੇ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਉੱਕਣੇ ਛੱਡ ਦਿਓ ਜਿਵੇਂ ਫੜ ਕੇ ਲੈ ਕੇ ਆਉਂਦੇ। ਇਹ ਲਿਖਿਆ ਉਹ ਕਹਿੰਦੇ ਕਿ ਇਕੱਲੇ ਇਕੱਲੇ ਨੂੰ ਛੱਡੋ ਇਹਨੂੰ ਉਸ ਤਰ੍ਹਾਂ ਹੀ, ਪਰ ਜਿਹਨੂੰ ਵੀ ਛੱਡਣਾ ਇੱਕ ਵਾਰੀ ਮੇਰੇ ਪੇਸ਼ ਕਰਦੇ ਜਾਓ।
ਕਹਿੰਦੇ ਜੀ ਠੀਕ ਹੈ। ਕਹਿਣ ਲੱਗੇ ਵੀ ਤੁਹਾਨੂੰ ਹੁਣ ਅਸੀਂ ਗ੍ਰਿਫਤਾਰੀ ਜਿਹੜੀ ਕੀਤੀ ਸੀ ਭੁਲੇਖੇ 'ਚ ਫੜ ਲਿਆ ਸੀ ਤੁਹਾਨੂੰ, ਤੁਸੀਂ ਤਾਂ ਸਾਧ ਬੰਦੇ ਹੋ, ਅਸੀਂ ਤਾਂ ਡਾਕੂ ਸਮਝ ਕੇ ਫੜਿਆ ਸੀ, ਅਸੀਂ ਆਹ ਫੜਿਆ। ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਆਹ ਪੁਲਿਸ ਵਾਲੇ ਫੜਦੇ ਸੀ, ਅਸੀਂ ਜੀ ਅੱਤਵਾਦੀ ਸਮਝ ਕੇ ਫੜਿਆ ਸੀ, ਨਹੀਂ ਨਹੀਂ ਤੂੰ ਤਾਂ ਬੰਦਾ ਠੀਕ ਨਿਕਲ ਗਿਆ। ਉਹ ਇਹ ਪਹਿਲਾਂ ਵੀ ਠੀਕ ਹੀ ਹੁੰਦਾ, ਉਹਨਾਂ ਨੂੰ ਪਤਾ ਹੀ ਹੁੰਦਾ, ਪਰ ਇਹ ਗੱਲਾਂ ਹੀ ਹੁੰਦੀਆਂ ਇਹਨਾਂ ਦੀਆਂ। ਅਤੇ ਜਿਸ ਵੇਲੇ ਉਹਨਾਂ ਨੂੰ ਹੋਇਆ, ਕਹਿੰਦੇ ਵੀ ਛੱਡਣਾ ਇਕੱਲੇ ਇਕੱਲੇ ਨੂੰ, ਉਹ ਜਿਹੜਾ ਸਭ ਤੋਂ ਪਹਿਲਾਂ ਫੜਿਆ ਸੀ, ਕਹਿੰਦਾ ਵੀ ਮਾੜੀ ਕਿਸਮਤ, ਮੈਨੂੰ ਜਾਣਾ ਪਊਗਾ ਪਹਿਲਾਂ ਤੁਹਾਨੂੰ ਛੱਡ ਕੇ। ਉਹ ਕਹਿੰਦਾ ਸਿੰਘਾ, ਖਾਲਸੇ ਦੇ ਬੋਲੇ ਨਹੀਂ ਇਹੋ ਜਿਹੇ ਹੁੰਦੇ, ਢਿੱਲ ਚੱਲਦਾ ਤੂੰ, ਇਹ ਮਾੜੀ ਕਿਸਮਤ ਕਿਉਂ ਹੈ? ਮਾੜੀ ਕਿਸਮਤ ਆ ਇਹਨਾਂ ਦੀ, ਮੁਗਲਾਂ ਦੀ, ਜਿਹਨਾਂ ਨੇ ਫੜਿਆ ਸੀ। ਇਹ ਫਿਰ ਕਹਿੰਦਾ ਇਹ ਕੌਣ ਆਪਾਂ ਨੂੰ ਵਿਛੋੜਨ ਵਾਲੇ? ਤੂੰ ਇਸ ਤਰ੍ਹਾਂ ਕਰ, ਇੱਥੋਂ ਫਲਾਣੇ ਪਾਸੇ ਪੂਰਬ ਵਾਲੇ ਪਾਸੇ ਇੱਕ ਬਹੁਤ ਵੱਡਾ ਪਿੱਪਲ ਖੜਾ, ਬਰੋਟਾ ਖੜਾ, ਨਿੰਮ ਖੜੀ ਹੈ, ਦਰਖਤ ਖੜੇ ਨੇ ਬੜੇ ਵਧੀਆ, ਅਤੇ ਉੱਥੇ ਇੱਕ ਖੂਹੀ ਹੈ ਪੁਰਾਣੀ, ਅਤੇ ਚੱਲ ਕੇ ਉੱਥੇ ਬਹਿ ਜਾ, ਅਤੇ ਤੋਂ ਬਾਅਦ ਜਿਹੜੇ ਇਹਨੂੰ ਛੱਡਣਗੇ ਉੱਥੇ ਪਹੁੰਚੂ, ਇੱਕ ਵਾਰੀ ਆਪਾਂ ਇਕੱਠੇ ਹੋਵਾਂਗੇ ਉੱਥੇ, ਗੁਰਮਤਾ ਸੋਧਾਂਗੇ, ਫਿਰ ਚੱਲਾਂਗੇ ਕਿਤੇ ਕਿਤੇ ਨੂੰ। ਅਤੇ ਪੰਥ ਨੇ ਅੱਗੇ ਕੀ ਕਰਨਾ? ਚਾਰ ਬੰਦੇ ਪੰਥ ਲਈ ਸੋਚਦੇ ਨੇ ਕੀ ਕਰਨਾ, ਇਹ ਸੀ ਪੰਥ। ਅਤੇ ਅੱਜ ਵਾਲੇ ਪੰਥ ਤੋਂ ਗੁਰਦੁਆਰੇ ਨਹੀਂ ਚੰਗੀ ਤਰ੍ਹਾਂ ਸਵਾਲ ਹੁੰਦਾ, ਇੱਕ ਉੱਥੇ ਵੀ ਝਟ ਮਝੀਟੇ ਹੋ ਜਾਂਦੇ ਨੇ ਕਈ ਵਾਰੀ। ਆ ਜਿਹੜੇ ਸ਼ਸਤਰ ਤਾਂ ਰੱਖੇ ਹੁੰਦੇ ਸਿਆਵਤ ਬਾਅਦ, ਤਾਂ ਇਹੀ ਚੱਕ ਲੈਂਦੇ ਨੇ ਇੱਕ ਦੂਜੇ ਦੇ ਉੱਤੇ, ਸਿੱਖਾਂ ਦੇ ਉੱਤੇ ਸਿੱਖ। ਜਿੰਨਾ ਸਿੱਖ ਸਿੱਖ ਦਾ ਅੱਜ ਦੇ ਸਿੱਖੀ ਦੇ ਲਿਵਾ 'ਚ ਸਿੱਖ ਦੀਆਂ ਜੜ੍ਹਾਂ ਵੱਢ ਰਹੇ ਆ ਨਾ, ਦੂਜੇ ਵੀ ਨਹੀਂ ਵੱਢ ਰਹੇ, ਕਿਉਂਕਿ ਸਿੱਖੀ ਰਹੀ ਨਾ ਸਾਡੇ ਵਿੱਚ। ਸਿੱਖ ਤਾਂ ਕਿਸੇ ਵਾਸਤੇ ਵੀ ਦੁਖਦਾਈ ਨਹੀਂ, ਕਿਸੇ ਵਾਸਤੇ ਵੀ, ਭਲਾ ਆਪਣੇ ਵਾਸਤੇ ਦੁਖਦਾਈ ਕਿਵੇਂ ਹੋਊਗਾ? ਇਹ ਤਾਂ ਚੰਦਨ ਦਾ ਬੂਟਾ ਜਿੱਥੇ ਲੱਗ ਗਿਆ ਖੁਸ਼ਬੂਆਂ ਦਿੰਦਾ, ਗਵਾਂਢੀ ਨੂੰ ਸੁੱਖ ਦੇਊਗਾ, ਦੁੱਖ ਨਹੀਂ ਦੇਊ। ਜੇ ਦੁੱਖ ਦੇ ਰਿਹਾ ਫਿਰ ਸਿੱਖ ਨਹੀਂ ਹੋਣਾ, ਫਿਰ ਹੋਰ ਹੋਊਗਾ। ਕਹਿੰਦਾ ਵੀ ਮੈਂ ਜਾਊਂ ਉੱਥੇ, ਵੀ ਤੁਹਾਡਾ ਮੈਂ ਉਹਨਾਂ 'ਚ ਜਾਣਾ ਨਹੀਂ, ਤੁਹਾਨੂੰ ਜਿਹੜੇ ਨੂੰ ਵੀ ਛੱਡਣਗੇ ਉਹ ਉੱਥੇ ਪਹੁੰਚੇ। ਕਹਿੰਦੇ ਵੀ ਠੀਕ ਹੈ, ਗੁਰਮਤਾ ਹੋ ਗਿਆ, ਮੁਗਲਾਂ ਨੂੰ ਨਹੀਂ, ਇਹ ਗੁਰਮਤੇ ਦਾ ਨਹੀਂ ਪਤਾ ਲੱਗਿਆ। ਅਤੇ ਮੁਗਲ ਦੇ ਸਾਹਮਣੇ ਸਿੱਖ ਆਇਆ ਜਿਹੜਾ ਪੂਰਬ ਵਾਲੇ ਪਾਸੇ 'ਤੇ ਫੜਿਆ ਸੀ, ਕਹਿੰਦੇ ਸਿੱਖਾ ਤੈਨੂੰ ਵੀ ਗਲਤੀ ਨਾਲ ਫੜ ਲਿਆ, ਇਹ ਸੀ ਸਾਡੇ ਪੁਲਿਸ ਵਾਲੇ ਫੌਜ ਵਾਲੇ ਸਿਪਾਹੀ, ਇਸ ਕਰਕੇ ਤੂੰ ਤਾਂ ਗੁਰੂ ਨਾਨਕ ਦੇ ਦਰ ਦਾ ਦਰਵੇਸ਼ ਬੰਦਾ, ਵੀ ਇਸ ਲਈ ਮੈਂ ਤੈਨੂੰ ਸਨਮਾਨ ਵਜੋਂ ਇੱਕ ਤੈਨੂੰ ਸਵਾਗਤ ਕਰਨ ਵਾਸਤੇ ਚਾਂਦੀ ਦਾ ਰੁਪਇਆ ਦਿੰਦਾ, ਅਤੇ ਨਾਲ ਤੈਨੂੰ ਰਸਤੇ ਦੇ ਵਿੱਚ ਕੰਮ ਆਉਣ ਵਾਸਤੇ ਪੁੱਜੇ ਹੋਏ ਚਣੇ ਜਿਹੜੇ ਨੇ, ਵੀ ਤਲੋਂ ਤਾਂ ਮੁਸਲਮਾਨਾਂ ਦੇ ਘਰ ਦਾ ਖਾਂਦੇ ਨਹੀਂ ਤੁਸੀਂ ਕੁਛ, ਪੁੱਜੇ ਹੋਏ ਚਣੇ ਜਿਹੜੇ ਮੁੱਠੀ ਇਹ ਲੈ ਜਾ, ਕਿਤੇ ਰਸਤੇ 'ਚ ਖਾ ਖੂ ਨਹੀਂ, ਇੰਨੇ ਦਿਨ ਤਰਿਆ ਵੀ ਚਲੋ ਠੀਕ ਹੈ ਜੀ, ਚਲਿਆ ਗਿਆ। ਨਾ ਛੋਲਿਆਂ ਦੀ ਮੁੱਠੀ 'ਤੇ ਜੋ ਇੱਕ ਦਾਣਾ ਖਾਧਾ, ਜਾ ਕੇ ਚਾਦਰ ਵਿਛਾ ਦਿੱਤੀ। ਅੱਜ ਮੈਂ ਜੱਸਾ ਸਿੰਘ ਨੇ ਵਿਛਾਈ ਸੀ ਨਾ, ਮੈਂ ਉਹ ਚਾਦਰ 'ਤੇ ਗੱਲ ਸੁਣਾ ਰਿਹਾ ਆਪ ਜੀ ਨੂੰ, ਚਾਦਰ ਵਿਛਾ ਦਿੱਤੀ, ਚਾਦਰ ਦੇ ਉੱਤੇ ਇੱਕ ਰੁਪਈਆ ਰੱਖ ਦਿੱਤਾ ਜਿਹੜਾ ਕੋਲ ਸੀ ਉਹਦੇ, ਜਿਹੜੇ ਮੁੱਠੀ ਦਾਣੇ ਸੀ ਉਹ ਇੱਕ ਪਾਸੇ ਢੇਰੀ ਕਰ ਦਿੱਤੇ, ਬੈਠ ਕੇ ਬਾਣੀ ਪੜ੍ਹਨ ਲੱਗ ਗਿਆ। ਇਹਨਾਂ ਨੂੰ ਆ ਗਿਆ ਦੂਜਾ, ਉਹਨੂੰ ਵੀ ਮੁਗਲ ਨੇ ਛੱਡਿਆ, ਪਰ ਛੱਡਿਆ ਉਹਨੂੰ 25 ਰੁਪਈਏ ਦੇ ਕੇ, ਉਹਨੂੰ ਇੱਕ ਦਿੱਤਾ, ਉਹਨੂੰ 25 ਦਿੱਤੇ, ਫੁੱਟ ਪਾਉਣ ਵਾਸਤੇ ਸੀ। ਅਤੇ ਉਹਨੂੰ ਮੁੱਠੀ ਛੋਲੇ ਦਿੱਤੇ, ਉਹਨੂੰ 2 ਮੁੱਠੀ ਛੋਲੇ ਦਿੱਤੇ, ਉਹਨੇ ਖਾਧਾ ਨਹੀਂ ਕੋਈ ਦਾਣਾ। ਜਦੋਂ ਉੱਥੇ ਗਿਆ ਸਿੱਖ ਦੇ ਕੋਲ, ਚਾਦਰ ਵਿਛਾਈ, ਦਾਣਿਆਂ ਦੇ 'ਚ ਦਾਣੀ ਢੇਰੀ ਕਰਦੇ, 1 ਰੁਪਈਏ ਦੇ ਉੱਤੇ 25 ਰੁਪਈਆ ਢੇਰੀ ਕਰਦੇ, ਉਹ ਵੀ ਬਹਿ ਕੇ ਬਾਣੀ ਪੜ੍ਹਨ ਲੱਗ ਗਿਆ। ਫਿਰ ਛੱਡਿਆ ਤੀਜਾ, ਉਹਨੂੰ ਦਿੱਤੇ 75 ਰੁਪਈਏ, ਉਹਨੂੰ ਛੋਲੇ ਵੀ ਬਿਨਾਂ ਗਿਣੇ ਮੁੱਠੀਆਂ ਭਰ ਕੇ ਦਿੱਤੀਆਂ 2-3। ਉਹ ਆਇਆ, ਉਹਨੇ ਆਪਣੇ ਛੋਲਿਆਂ 'ਚ ਛੋਲੇ ਢੇਰੀ ਕਰਤੇ, ਰੁਪਈਆਂ 'ਚ ਰੁਪਈਏ ਢੇਰੀ ਕਰਤੇ। ਫਿਰ ਆਇਆ ਚੌਥਾ, ਉਹਨੂੰ ਦਿੱਤਾ 100 ਰੁਪਈਆ ਚਾਂਦੀ ਦਾ, ਕੀਮਤ ਸੀ ਉਸ ਵੇਲੇ ਪੈਸੇ ਦੀ, ਅੱਜ ਕੱਲ੍ਹ ਦੀ ਕਰੰਸੀ ਨਾ ਸਮਝਣੀ। ਛੋਲਿਆਂ 'ਚ ਛੋਲੇ ਢੇਰੀ ਕਰਤੇ, ਰੁਪਈਆਂ 'ਚ ਰੁਪਈਏ ਢੇਰੀ ਕਰ ਦਿੱਤੇ। ਫਿਰ ਹੁਣ ਬੈਠ ਕੇ ਗੁਰਮਤਾ ਕਰਨ ਲੱਗੇ, ਇੱਕ ਸਿੱਖ ਬੋਲਿਆ, ਕਹਿੰਦਾ ਵੀ ਦੇਖੋ, ਅੱਛਾ ਉਹ CID ਮੁੜ ਕੇ ਲੋਕੇ ਫਿਰ ਵੀ ਇਹ ਇਕੱਠੇ ਹੋਣਗੇ, ਕਿਤੇ ਪਤਾ ਚੱਲ ਗਿਆ ਅਤੇ ਉਹ ਵੀ ਲੋਕੇ ਸੁਣਦੇ ਨੇ। ਹੈਰਾਨ ਰਹਿ ਗਏ ਦੇਖ ਕੇ, ਪੈਸੇ ਦਾ ਲਾਲਚ ਨਹੀਂ ਕਰਿਆ, ਖਾਣ 'ਚ ਚੀਜ਼ਾਂ ਹੀ ਦੋ ਨੇ, ਜਾਂ ਖਾਣ ਦਾ ਲਾਲਚ ਕਰਦਾ ਜਾਂ ਫਿਰ ਰੁਪਏ ਦਾ ਲਾਲਚ ਕਰੂ, ਭੁੱਖ ਲੱਗੀ ਵੀ ਹੈ, ਖਾਧਾ ਨਹੀਂ ਕੁਛ ਵੀ। ਕਹਿਣ ਲੱਗੇ ਵੀ ਗੁਰਮਤਾ, ਕਹਿੰਦੇ ਜੀ ਗੁਰਮਤਾ ਇਹ ਹੈ ਬਈ ਕਿਹੋ ਜਿਹੇ ਹੁਕਮਰਾਮ ਹੋ ਗਏ ਇਹ ਮੁਗਲ ਜਿਹੜੇ ਨਾ, ਅੱਖਾਂ ਤੋਂ ਉਨੇ ਹੀ ਨੇ,
ਇਹਨਾਂ ਦਿਖਦਾ ਤਾਂ ਨਹੀਂ ਹੈ ਕਿਵੇਂ ਕਹਿੰਦਾ ਇਹਨਾਂ ਨੂੰ ਇਹ ਨਹੀਂ ਪਤਾ ਮਾਂ ਸਾਡੀ ਇੱਕ ਮਾਤਾ ਸਾਹਿਬ ਕੌਰ ਪਿਓ ਸਾਡਾ ਇੱਕ ਗੁਰੂ ਗੋਬਿੰਦ ਸਿੰਘ ਨਾਨਕੇ ਸਾਡੇ ਗੁਰੂ ਕੀ ਲਾਹੌਰ ਵਾਸੀ ਸੀ ਆਨੰਦਪੁਰ ਸਾਹਿਬ ਦੇ ਉਹ ਕਹਿੰਦਾ ਕਿਹਾ ਜਾ ਮੂਰਖ ਇੱਕ ਨੂੰ ਇੱਕ ਰੁਪਈਆ ਦੂਜੇ ਨੂੰ 25 ਉਹਨੂੰ 75 ਉਹਨੂੰ 100 ਵੀ ਇਹਨਾਂ ਨੂੰ ਵੱਖਰੇ ਵੱਖਰੇ ਵੀ ਇਹ ਪੈਸੇ ਦੇ ਲਾਲਚ 'ਚ ਆ ਜਾਣ ਖਾਲਸੇ ਦਾ ਸਾਰਾ ਕੋਈ ਲੰਗਰ ਵੀ ਸਾਂਝਾ ਖਾਲਸੇ ਦੀ ਕਰੰਸੀ ਵੀ ਸਾਂਝੀ ਇੱਥੇ ਰੱਖ ਦਿਉ ਕਿਤੇ ਪੰਥ ਦੀ ਭਲਾਈ ਚਲਾਵਾਂਗੇ ਇਹ ਮੁਗਲਾਂ ਦੇ ਖਾਣੇ ਨਹੀਂ ਆਪਾਂ ਨੇ ਦਾਣਾ ਪਾਣੀ ਗੁਰੂ ਦਾ ਦਾਣੇ ਚੱਬ ਲਓ ਪਰ ਆਹ ਜਿਹੜਾ ਇਹ ਨਹੀਂ ਖਾਣ ਵਾਲਾ ਉਹਨਾਂ ਨੇ ਉਹ ਨੋਟ ਕੀਤੀ ਆ ਗੱਲ ਅਤੇ ਕਹਿਣ ਲੱਗੇ ਵੀ ਹੁਣ ਫਿਰ ਇਹ ਪਾਣੀ ਦਾ ਪ੍ਰਬੰਧ ਇੱਥੇ ਹੈਗਾ ਵੀ ਮੁੱਠੀ ਮੁੱਠੀ ਛੋਲੇ ਚੱਬ ਲਈਏ ਅਤੇ ਨਿਹੰਗ ਸਿੰਘ ਨੂੰ ਬਦਾਮ ਕਹਿੰਦੇ ਨੇ ਛੋਲਿਆਂ ਨੂੰ ਬਦਾਮ ਕਹਿੰਦੇ ਆ ਬਹੁਤ ਪੁਰਾਣੀ ਗੱਲ ਹੈ ਸਾਡੇ ਉੱਥੇ ਫਤਿਹਗੜ੍ਹ ਸਾਹਿਬ ਨਿਹੰਗ ਸਿੰਘਾਂ ਦਾ ਦਲ ਉਤਰਿਆ ਉਦੋਂ ਬਹੁਤ ਹੀ ਸਤਿਕਾਰ ਸੀ ਕੌਮ ਦੇ ਵਿੱਚ ਆਗੂਆਂ ਦੇ ਕਰਕੇ ਕਈ ਵਾਰੀ ਗੜਬੜਾਂ ਹੋ ਜਾਂਦੀਆਂ ਨਾ ਅਤੇ ਉਹ ਨਿਹੰਗ ਸਿੰਘ ਭੇਜਤੇ ਘੋੜਿਆਂ ਵਾਸਤੇ ਛੋਲੇ ਲਿਆਓ ਅਤੇ ਉਹ ਪੰਸਾਰੀ ਦੇ ਗਏ ਸਾਡੇ ਉਹ ਬਾਜ਼ਾਰ ਛੋਟਾ ਹੀ ਸੀ ਹੁਣ ਤਾਂ ਚਲੋ ਬਹੁਤ ਵੱਡੀ ਬਣ ਗਈ ਮੰਡੀ ਇੱਕ ਦੁਕਾਨ 'ਤੇ ਹਾਂ ਜੀ ਨਿਹੰਗ ਸਿੰਘ ਜੀ ਕਹਿੰਦਾ ਜੀ ਬਦਾਮਾਂ ਦੀ ਬੋਰੀ ਦੇ ਦਿਓ ਕਹਿੰਦੇ ਨਾ ਜੀ ਮੇਰੇ ਕੋਲ 5-4 ਕਿਲੋ ਹੀ ਨਾ ਕਹਿੰਦੇ ਨਹੀਂ ਜੀ ਬੋਰੀ ਚਾਹੀਦੀ ਆ ਦੂਜੇ ਕੋਲ ਬੋਰੀ ਬਦਾਮਾਂ ਦੀ ਕਿਸੇ ਕੋਲ ਬਣਾ ਉਹ ਦਰਬਾਰਾ ਸਿੰਘ ਆੜਤੀ ਹੁੰਦਾ ਸਾਡੇ ਇੱਕ ਉਹ ਕਹਿੰਦਾ ਮੇਰੀ ਹੈਗੀ ਉਹ ਦੂਏ ਹੈਰਾਨ ਹੋ ਗਏ ਵੀ ਤੇਰੇ ਕੋਲ ਕਹਿੰਦਾ ਮੇਰੇ ਕੋਲ ਤਾਂ ਕਈ ਬੋਰੀਆਂ ਹਨ ਨਿਹੰਗ ਸਿੰਘ ਜੀ ਆ ਜਾਓ ਇੱਕੋ ਬੋਰੀ ਚਾਹੀਦੀ ਆ ਉਹਨੇ ਛੋਲੇ ਚੁਕਾ ਤੇ ਉਹ ਜਿਹੜੇ ਨਾਲ ਦੇ ਸੀ ਆੜਤੀ ਉਹ ਕਹਿੰਦੇ ਦਰਬਾਰਾ ਸਿੰਘ ਇਹ ਕੀ ਗੱਲ ਹੈ ਕਹਿੰਦਾ ਵੀ ਇਹ ਛੋਲਿਆਂ ਨੂੰ ਬਦਾਮ ਕਹਿੰਦੇ ਨੇ ਸਿੰਘਾਂ ਦਾ ਬੋਲਿਆ ਹੈ ਤੋ ਇਸ ਕਰਕੇ ਸਾਹਸੀ ਉਹਨਾਂ ਨੇ ਕਹਿੰਦੇ ਵੀ ਐਂ ਕਰ ਹੁਣ ਬਦਾਮਾਂ ਦਾ ਲੰਗਰ ਤਿਆਰ ਹੈ ਵੀ ਪਹਿਲਾਂ ਕਰੋ ਅਰਦਾਸ ਫਿਰ ਕਰੋ ਕਿਰਪਾਨ ਭੇਟ ਜਿਹਾ ਜਿਹਾ ਮਹਾਰਾਜ ਨੇ ਪ੍ਰਸ਼ਾਦ ਦਿੱਤਾ ਹੈ ਕਹਿੰਦੇ ਫਿਰ ਉਦੋਂ ਬਾਅਦ ਜਕਾਰਾ ਛੱਡੋ ਅਤੇ ਫਿਰ ਇੱਕ ਵਾਰੀ ਹੋਕਰਾ ਦਿਓ ਫਿਰ ਆਪਾਂ ਖਾ ਸਕਦੇ ਹਾਂ ਉਹਨਾਂ ਜੀ ਉੱਠ ਕੇ ਅਰਦਾਸ ਕੀਤੀ ਬਾਣੀ ਪੜ੍ਹ ਕੇ ਹੇ ਸੱਚੇ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਤੇਰੇ ਖਾਲਸੇ ਨੇ ਰਲ ਮਿਲ ਕੇ ਬਾਣੀ ਪੜ੍ਹੀ ਹੈ ਤੇਰੇ ਪੁੱਤਰਾਂ ਨੇ ਭੁੱਲ ਚੁੱਕ ਮਾਫ਼ ਕਰਨੀ ਅਤੇ ਇਸ ਵੇਲੇ ਬਦਾਮਾਂ ਦਾ ਲੰਗਰ ਹੱਸੇ 'ਚ ਪਾਤਸ਼ਾਹ ਜੀ ਤਿਆਰ ਹੈ ਜਿਹਾ ਜਿਹਾ ਰੁੱਖਾ ਮਿੱਸਾ ਖਾਲਸੇ ਕੋਲ ਹੈ ਆਪ ਜੀ ਕਿਰਪਾ ਕਰਕੇ ਭੋਗ ਲਾਓ ਤੁਸੀਂ ਵੀ ਇਹ ਛਕੋ ਅਸੀਂ ਵੀ ਛਕੀਏ ਸ਼ੀਤ ਪ੍ਰਸ਼ਾਦ ਅਤੇ ਇਹ ਕਹਿ ਕੇ ਫਿਰ ਉੱਚੇ ਦੇ ਕੇ ਜਕਾਰਾ ਛੱਡਿਆ ਜਕਾਰਾ ਛੱਡ ਕੇ ਫਿਰ ਉਹਦੇ ਕਿ ਆਵਾਜ਼ ਮਾਰੀ ਕਹਿੰਦੇ ਭਾਈ ਗੁਰੂ ਕਾ ਲੰਗਰ ਤਿਆਰ ਹੈ ਕੋਈ ਨੰਗਾ ਭੁੱਖਾ ਜੰਗਲ ਵਿੱਚ ਹੋਵੇ ਤਾਂ ਉਹ ਜਲਦੀ ਆ ਜਾਵੇ ਖਾਲਸੇ ਦੇ ਕੋਲ ਅਸੀਂ ਫਿਰ ਛਕਾ ਕੇ ਛਕਾਂਗੇ ਪਹਿਲਾਂ ਕਿਸੇ ਭੁੱਖੇ ਨੂੰ ਛਕਾ ਲਈਏ ਹਾਕਾਂ ਮਾਰਨ ਇਹ ਸਾਰੀ ਫੈਲ ਮੁਗਲ ਬਾਦਸ਼ਾਹ ਦੇ ਕੋਲ ਪਹੁੰਚੀ ਉਦੋਂ ਬਾਅਦ ਸਿੰਘ ਆਪਣੇ ਆਪਣੇ ਚਲੇ ਗਏ ਉਹਨੇ ਜਦੋਂ ਸਾਰੀ ਫੈਲ ਪੜ੍ਹੀ ਕਹਿਣ ਲੱਗੇ ਵੀ ਇਸ ਦਾ ਅੱਜ ਮੈਨੂੰ ਪਤਾ ਚੱਲਿਆ ਮੁਗਲ ਕਹਿੰਦਾ ਵੀ ਇਹਨਾਂ 'ਚ ਤਾਕਤ ਕਿਹੜੀ ਲੜਦੀ ਹੈ ਇਹਨਾਂ ਦੇ ਵਿੱਚ ਲੜਦਾ ਏਕਤਾ ਲੜਦੀ ਹੈ ਇਹਨਾਂ 'ਚ ਸਬਰ ਸੰਤੋਖ ਲੜਦਾ ਕਹਿੰਦਾ ਮੈਂ ਦਾਅਵੇ ਨਾਲ ਕਹਿੰਦਾ ਜੇ ਇਹਨਾਂ ਦਾ ਸੰਤੋਖ ਇਸੇ ਤਰ੍ਹਾਂ ਕਾਇਮ ਰਿਹਾ ਜੇ ਇਹਨਾਂ ਦਾ ਸਬਰ ਇਸੇ ਤਰ੍ਹਾਂ ਕਾਇਮ ਰਿਹਾ ਜੇ ਇਹਨਾਂ ਦੇ 'ਚ ਏਕਤਾ ਇਸੇ ਤਰ੍ਹਾਂ ਰਹੀ ਕਹਿੰਦਾ ਵੀ ਇੱਕ ਦਿਨ ਪੂਰੀ ਦੁਨੀਆ 'ਤੇ ਰਾਜ ਕਰ ਸਕਦੀ ਆ ਇਹ ਕੌਮ ਉਸ ਵੇਲੇ ਤੋਂ ਇਹਨਾਂ ਦੀ ਸੋਚ ਫਿਰ ਚੱਲੀ ਇਹਨਾਂ ਨੂੰ ਇੱਕ ਨਾ ਹੋਣ ਦਿਓ ਇਹਨਾਂ ਦੇ ਵਿੱਚ ਲਾਲਚ ਪੈਦਾ ਕਰ ਦਿਓ ਅਤੇ ਬਈ ਕਾਮਯਾਬ ਹੋ ਗਏ ਦੁਸ਼ਮਣ ਸਾਡੇ ਅਤੇ ਖੱਖੜੀਆਂ ਕਰੇਲੇ ਹੋਏ ਫਿਰਦੇ ਹਾਂ ਅਸੀਂ ਅਤੇ ਕੀ ਕਹੀਏ ਇਹ 20 ਪੂਰਬੀਏ 24 ਚੁੱਲ੍ਹੇ ਸਾਡੇ ਹੋਏ ਪਏ ਨੇ ਪੂਰਬੀਆਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਵੀ 4 ਕਾਹਤੇ ਬਣਾ ਲਏ 20 ਤਾਂ ਠੀਕ ਸੀ ਤੁਸੀਂ 20 ਹੈਗੇ ਸੀ ਇਹ 24 ਹੋ ਗਏ ਉਹ ਕਹਿੰਦੇ ਜਿਹੜੇ ਜੰਮਣਗੇ ਉਹਨਾਂ ਨੇ ਕਿਹੜਾ ਸਾਡੇ ਨਾਲ ਰਹਿਣਾ ਉਹਨਾਂ ਵਾਸਤੇ ਪਹਿਲੀ ਬਣਾ ਦਿੰਦੇ ਹਾਂ ਚੁੱਲ੍ਹੇ 20 ਪੂਰਬੀਏ 24 ਚੁੱਲ੍ਹੇ ਸਾਡੇ ਹੋਏ ਪਏ ਅੱਜ ਅਤੇ ਇਸ ਕਰਕੇ ਜੇ ਜੱਸਾ ਸਿੰਘ ਨੇ ਚਾਦਰ ਵਿਛਾਈ ਇਹ ਚਾਦਰ ਪਿਛਲੇ ਸਮਿਆਂ ਤੋਂ ਵਿਛਦੀ ਆਈ ਹੈ ਇਹ ਏਕਤਾ ਦੀ ਗੱਲ ਗੁਰੂ ਸਾਹਿਬ ਦੇ ਵੇਲੇ ਤੋਂ ਸਿੱਖਾਂ ਦੇ ਵਿੱਚ ਮੌਜੂਦ ਆਈ ਹੈ ਜਿੰਨਾ ਚਿਰ ਸਾਡੀ ਏਕਤਾ ਸੀ ਉਸ ਵੇਲੇ ਉਹ ਰਾਜ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਰਾਜ ਦੀਆਂ ਅੱਜ ਕੱਲ੍ਹ ਤਾਂ ਚਲੋ ਪ੍ਰਿੰਟ ਹੋਈਆਂ ਵੀ ਉਹ ਪੁਸਤਕਾਂ ਵੀ ਮਿਲ ਜਾਂਦੀਆਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਉਹਦਾ ਜਿਹੜਾ ਰੋਜ਼ ਨਾਮਚਾ ਲਿਖਣ ਵਾਲਾ ਸੀ ਨਾ ਅਤੇ ਉਹਨੇ ਤਾਰੀਖ ਲਿਖੀ ਹੈ ਉਹ ਲਿਖਦਾ ਵੀ ਅੱਜ ਸਰਕਾਰ ਦੇ ਦਰਬਾਰ ਵਿੱਚ ਅਤੇ ਕੀ ਵਰਤਿਆ ਉਹ ਸਾਰੇ ਦਰਬਾਰ ਦੀ ਰਿਪੋਰਟ ਲਿਖਦਾ ਥੋੜ੍ਹੇ ਅੱਖਰਾਂ ਦੇ ਵਿੱਚ ਅਤੇ ਉਹਦੇ ਸਾਹ ਜੀ ਜਿੰਨੀ ਦੇਰ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ
ਤੇ ਉਨੀ ਦੇਰ ਤੱਕ ਕਿਸੇ ਨੂੰ ਫਾਂਸੀ ਨਹੀਂ ਲਾਈ ਗਈ, ਕਿਸੇ ਦਾ ਕਤਲ ਨਹੀਂ ਹੁੰਦਾ ਤੇ ਕੋਈ ਚੋਰੀ ਨਹੀਂ ਕਰਦਾ। ਅੱਧੀ ਰਾਤ ਨੂੰ ਬੀਬੀ ਗਹਿਣੇ ਪਾ ਕੇ ਚਲੀ ਜਾਵੇ, ਕੋਈ ਅੱਖ ਭਰ ਕੇ ਨਹੀਂ ਦੇਖਦਾ। ਇਹ ਕੈਸਾ ਰਾਜ ਸੀ! ਅੱਜ ਤੱਕ ਹਿੰਦੁਸਤਾਨ ਦੇ ਕਿਸੇ ਸੂਬੇ 'ਚ ਐਸਾ ਰਾਜ ਨਹੀਂ ਹੋਇਆ ਜਿਹਾ ਜਿਹਾ ਸਿੱਖਾਂ ਨੇ ਰਾਜ ਕਰਕੇ ਵਿਖਾਇਆ। ਕਾਰਨ ਕੀ ਸੀ? ਜੇ ਗਰੀਬਾਂ ਦੇ ਘਰ ਅੰਨ ਨਹੀਂ ਤਾਂ ਭੇਸ ਬਦਲ ਕੇ ਸ਼ੇਰੇ ਪੰਜਾਬ ਆਪਣੇ ਮੋਢਿਆਂ ਦੇ ਉੱਤੇ, ਆਪਣੇ ਸਿਰ ਦੇ ਉੱਤੇ ਪੰਡਾਂ ਚੱਕ ਕੇ ਗਰੀਬਾਂ ਦੇ ਪਾਂਡੀ ਬਣ ਬਣ ਕੇ ਸਿੱਟ ਕੇ ਆਉਂਦਾ ਰਿਹਾ ਕਿ ਮੈਂ ਗੁਰੂ ਕਾ ਸੇਵਾਦਾਰ ਹੈ। ਉਹ ਕਹਿੰਦੇ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਨਾ ਕਹੋ, ਰਣਜੀਤ ਸਿੰਘ ਰਣਜੀਤ ਨਗਾਰਾ ਸੀ ਮਹਾਰਾਜ ਦਾ, ਮੈਂ ਤਾਂ ਨਗਾਰਾ ਹੀ ਹਾਂ ਵੱਜਣ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਤੋ ਇਸ ਕਰਕੇ ਸਾਧ ਸਿੰਘ ਜੀ ਕੌਮ ਦੀ ਚੜ੍ਹਦੀ ਕਲਾ ਸੀ। ਜੱਸਾ ਸਿੰਘ ਰਾਮਗੜੀਆਂ ਵਰਗੇ ਐਸੇ ਗੁਰਮੁਖ ਜਿਨ੍ਹਾਂ ਨੇ ਉਹ ਚਾਦਰ ਵਿਛਾ ਕੇ ਸਬਰ ਸੰਤੋਖ ਦਿਖਾਇਆ, ਉਹ ਤਾਂ ਮੇਰੇ ਥੋੜ੍ਹੇ ਜਿਹੇ ਸੰਸਕਾਰ ਇਹ ਬਣ ਗਏ ਵੀ ਅੱਜ ਮੈਂ ਵੀ ਇਸੇ ਤਰ੍ਹਾਂ ਦੀ ਵਿਚਾਰ ਕਰ ਲਵਾਂ। ਬਾਕੀ ਜੋ ਸਤਸੰਗਤ 'ਤੇ ਵਿਚਾਰ ਚੱਲਦੀ ਹੈ ਉਹ ਹੁਣ ਕੱਲ੍ਹ ਨੂੰ ਸਾਧ ਸਿੰਘ ਜੀ ਦੁਪਹਿਰ ਦੇ ਦੀਵਾਨ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਉਹ ਆਪਾਂ ਰਲ ਮਿਲ ਕੇ ਵਿਚਾਰਾਂ ਕਰ ਲਵਾਂਗੇ। ਹੁਣ ਸਮਾਂ ਹੋ ਆਇਆ, ਅਗਲਾ ਪ੍ਰੋਗਰਾਮ ਪ੍ਰਬੰਧਕਾਂ ਦੇ ਕੋਲ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਵਿੱਚ ਸਾਰੀਆਂ ਸੰਗਤਾਂ ਨੇ ਸਾਂਝ ਪਾਉਣੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਜੋ ਆਪ ਜੀ ਨੂੰ ਗੁਰਬਾਣੀ ਦੀ ਕਥਾ ਦੇ ਨਾਲ, ਗੁਰੂ ਇਤਿਹਾਸ ਦੇ ਨਾਲ ਜੋੜ ਰਹੇ ਸਨ। ਸਮੂਹ ਸੰਗਤਾਂ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਜੋ ਸ਼ਾਮ ਦਾ ਟਾਈਮ ਹਨ, ਬਾਬਾ ਜੀ ਦੇ 7:30 ਤੋਂ 8:30 ਵਜੇ ਤੱਕ, ਇਸੇ ਤਰ੍ਹਾਂ ਹੀ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਅੱਜ ਜੋ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ, ਕੀਰਤਨ ਹੋ ਰਹੇ ਹਨ।